ਇੱਕ ਦਿਨ ਪਾਰੋ ਨੇ ਕਰੀ ਗੁਰ ਆਗੈ ਅਰਦਾਸ, ਪ੍ਰਿਥਕ ਪ੍ਰਿਥਕ ਸਿੱਖ ਸੰਗਤਾਂ ਆਵਤ ਹੈ ਤੁਮ ਪਾਸ। ਪਰਮ ਸਤਿਕਾਰਯੋਗ ਹਾਜ਼ਰੀਨ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਮਹਾਨ ਸਤਿਗੁਰਾਂ ਨੂੰ ਯਾਦ ਕਰੀਏ ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਇਹ ਜਪ ਪ੍ਰਯੋਗ ਦੀ ਦਾਤ ਸਾਨੂੰ ਪ੍ਰਾਪਤ ਹੋਈ। ਸਭ ਪ੍ਰੇਮ ਸਤਿਕਾਰ ਨਾਲ ਆਖੀਏ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ। ਇੱਕ ਵਾਰਾਂ ਫੇਰ ਜਿਨ੍ਹਾਂ ਸਤਿਗੁਰਾਂ ਦਾ ਜਸ ਆਪਾਂ ਆਰੰਭ ਤੋਂ ਸਰਵਣ ਕਰਦੇ ਆ ਰਹੇ ਹਾਂ, ਉਹਨਾਂ ਸਤਿਗੁਰਾਂ ਨੂੰ ਵੀ ਹਿਰਦੇ 'ਚ ਵਸਾਉਂਦੇ ਹੋਏ ਸਭ ਪ੍ਰੇਮ ਸਤਿਕਾਰ ਨਾਲ ਆਖੀਏ ਧੰਨ ਸ੍ਰੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਵਰਤਮਾਨ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦੇ ਅਨੁਸਾਰ ਸਾਧ ਸੰਗਤ ਦੇ ਰੂਪ 'ਚ ਇਕੱਤਰ ਹੋ ਕੇ ਸਤਿਗੁਰਾਂ ਦਾ ਦਰਸ਼ਨ, ਗੁਰਬਾਣੀ ਦਾ ਮਨੋਹਰ ਕੀਰਤਨ, ਨਾਮਧਾਰੀ ਵਿਦਵਾਨਾਂ ਦੇ ਪਾਸੋਂ ਗੁਰੂ ਜਸ ਸਰਵਣ ਕਰਨ ਦਾ ਇਹ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ। ਬੜੇ ਧੰਤਾਯੋਗ ਜੀਵਨ ਹੈ ਆਪਦਾ ਜੋ ਇਸ ਕਲਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਇਸ ਸਿਮਰਨ ਦੀ ਸਾਧਨਾ ਨੂੰ ਕਰਦੇ ਹੋ ਪਏ। ਪਾਤਸ਼ਾਹ ਕਹਿੰਦੇ ਨੇ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਨ ਦੋ। ਭਾਵ ਸਾਈਂ ਦਾ ਜਿਹੜਾ ਨਾਮ ਹੈ ਨਾ ਅਮੋਲ ਹੈ, ਔਰ ਇਹਦੀ ਕੀਮਤ ਨੂੰ ਸਾਰੇ ਨਹੀਂ ਜਾਣਦੇ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਵੱਡੇ ਭਾਗ ਨੇ ਨਾ ਉਹੀ ਇਹਦੀ ਕੀਮਤ ਨੂੰ ਜਾਣਦੇ ਨੇ ਅਤੇ ਇਸ ਸਿਮਰਨ ਦੀ ਸਾਧਨਾ ਨੂੰ ਕਰਦੇ ਨੇ। ਇੱਕ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਮੈਂ ਆਪਣੇ ਪ੍ਰਸੰਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਉਂਦਿਆਂ ਆਉਂਦਿਆਂ ਮੇਰੇ ਮਨ ਦੀ ਵਿਚਾਰ ਬਣੀ, ਮੈਂ ਸੰਖੇਪ ਨਾਲ ਉਹ ਸ਼ਬਦ ਵੀ ਆਪ ਦੇ ਨਾਲ ਸਾਂਝਾ ਕਰਾਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਘਰ ਦੇ ਕੰਮਾਂ ਕਾਰਾਂ ਤੋਂ ਉਪਰਾਮ ਹੋ ਗਏ, ਸੁਭਾਵਿਕ ਮਾਤਾ ਪਿਤਾ ਦੀ ਚਿੰਤਾ ਵਧੀ। ਕਈ ਕੰਮਾਂ ਦੇ ਵਾਸਤੇ ਪਿਤਾ ਮਹਿਤਾ ਕਾਲੂ ਜੀ ਨੇ ਪ੍ਰੇਰਿਆ, ਪਰ ਸਾਹਿਬ ਆਪਣੀ ਬੰਦਗੀ 'ਚ ਹੀ ਲੀਨ ਰਹਿੰਦੇ ਨੇ। ਇੱਕ ਦਿਨ ਪਿਤਾ ਕਹਿੰਦੇ ਨੇ ਇਹ ਨਾਨਕ ਖੇਤੀ ਹੀ ਕਰ ਲੈ, ਜੇ ਬਾਹਰ ਜਾ ਕੇ ਕੋਈ ਚਲਾਕੀ ਹੁਸ਼ਿਆਰੀ ਜਾਂ ਮਿਹਨਤ ਕਿਸੇ ਪ੍ਰਕਾਰ ਦਾ ਤੇਰੇ ਮਨ 'ਚ ਭੈ ਹੈ, ਤੂੰ ਪਿੰਡ ਰਹਿ ਕੇ ਘਰ ਰਹਿ ਕੇ ਖੇਤੀ ਕਰ ਲੈ। ਗੁਰੂ ਨਾਨਕ ਪਾਤਸ਼ਾਹ ਸ਼ਬਦ ਉਚਾਰਨ ਕਰਦੇ ਨੇ,
ਕਹਿੰਦੇ ਨੇ ਪਿਤਾ ਜੀ ਤੁਸੀਂ ਬਾਹਰੀ ਖੇਤੀ ਵਾਸਤੇ ਪ੍ਰੇਰਦੇ ਹੋ, ਖੇਤੀ ਤਾਂ ਮੈਂ ਕਰਦਾ ਹਾਂ ਪਰ ਮੈਂ ਅੰਦਰ ਦੀ ਖੇਤੀ ਕਰਦਾ। ਬਾਹਰ ਦੀ ਖੇਤੀ ਦੇ ਆਪਣਾ ਢੰਗ ਹੈ, ਆਪਣੇ ਸਾਧਨ ਨੇ, ਪਰ ਅੰਦਰ ਦੀ ਖੇਤੀ ਦਾ ਵੀ ਇੱਕ ਆਪਣਾ ਢੰਗ ਹੈ, ਆਪਣੇ ਨਿਯਮ ਨੇ, ਆਪਣੇ ਢੰਗ ਦੇ ਔਜ਼ਾਰ ਨੇ। ਸਾਹਿਬਾਂ ਨੇ ਇਸ ਸ਼ਬਦ 'ਚ ਬਿਆਨ ਕੀਤਾ, ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਓ ਕਰਮ ਕਰ ਜਮ ਸੀ ਸੇ ਕਰ ਭਾਗਠ ਦੇਖ। ਬਾਬਾ ਮਾਇਆ ਸਾਥ ਨਾ ਹੋਏ, ਇਹ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ। ਇਹਦੇ 'ਚ ਨਾਮ ਦੀ ਕਮਾਈ ਕਿਸ ਤਰ੍ਹਾਂ ਕਰਨੀ ਹੈ ਇਹਦੇ ਬਾਰੇ ਪਾਤਸ਼ਾਹ ਉਪਦੇਸ਼ ਕਰਦੇ ਨੇ ਪਏ। ਸਤਿਗੁਰੂ ਜੀ ਕਿਰਪਾ ਕਰਨ, ਇਹ ਬਖਸ਼ਿਸ਼ ਨਾਲ ਹੀ ਜਪਿਆ ਜਾਂਦਾ ਅਤੇ ਬਖਸ਼ਿਸ਼ ਨਾਲ ਹੀ ਇਹ ਗੁਣ ਪ੍ਰਾਪਤ ਹੁੰਦੇ ਨੇ, ਪਰ ਫਿਰ ਵੀ ਸ਼ਾਸਤਰਾਂ ਨੇ ਜਾਂ ਗੁਰਬਾਣੀ ਨੇ ਉੱਦਮ ਨੂੰ, ਵਿਚਾਰਨ ਨੂੰ, ਮਿਹਨਤ ਨੂੰ, ਸੂਝਬੂਝ ਨੂੰ ਇਹਦਾ ਨਿਰਾਕਰਨ ਨਹੀਂ ਕੀਤਾ। ਵਿਅਕਤੀ ਸੁਚੇਤ ਹੋਵੇ, ਚੇਤਨ ਹੋਵੇ, ਆਪਣੇ ਗੁਣ ਅਵਗਣਾਂ ਦੇ ਬਾਰੇ ਨਿਰੰਤਰ ਆਪਣੇ ਆਪ ਨੂੰ ਵਿਚਾਰਦਾ ਰਹੇ, ਇਹਦੀ ਵੀ ਮਨਾਹੀ ਨਹੀਂ ਗੀ। ਪਾਤਸ਼ਾਹ ਕਹਿੰਦੇ ਨੇ ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ। ਮੈਂ ਸੰਖੇਪ ਨਾਲ ਗੱਲ ਰੱਖਣੀ ਹੈ, ਇਹ ਸਰੀਰ ਹੈ ਖੇਤ, ਕਿਉਂਕਿ ਇਸ ਅਧਿਆਤਮਿਕ ਦੀ ਦੁਨੀਆ ਦਾ ਅਤੇ ਬਾਹਰੀ ਕੰਮਾਂ ਦਾ ਕੀ ਫਰਕ ਹੈ। ਬਾਹਰੀ ਜੋ ਕੰਮ ਕਾਰ ਨੇ ਉਹਦੇ ਵਾਸਤੇ ਆਪਣੀ ਇੰਦਰੀਆਂ ਨੂੰ, ਮਨੋਬਿਰਤੀਆਂ ਨੂੰ ਬਾਹਰੀ ਸਾਧਨਾਂ ਦੇ ਦੁਆਰਾ ਕੋਈ ਕਾਰਜ ਸੰਪੰਨ ਕਰਨਾ ਪੈਂਦਾ, ਪਰ ਅਧਿਆਤਮ ਸ਼ਬਦ ਦਾ ਇੱਕ ਅਰਥ ਹੈ ਭੀਤਰ, ਆਪਣੇ ਅੰਦਰ। ਇਸ ਸਾਧਨਾ ਦੇ ਵਿੱਚ ਆਪਣੇ ਆਪ ਨਾਲ ਜੂਝਣਾ ਪੈਂਦਾ, ਆਪਣੇ ਆਪ ਨੂੰ ਹੀ ਸਵਾਰਨਾ ਪੈਂਦਾ, ਆਪਣੇ ਅੰਦਰ ਦੇ ਔਗਣਾਂ ਨੂੰ ਕੱਢ ਕੇ ਗੁਣਾਂ ਨੂੰ ਭਰਨਾ ਪੈਂਦਾ, ਭਾਵ ਆਪਣੇ ਆਪ ਦੀ ਲੜਾਈ ਹੈ। ਸਵਾਮੀ ਵਿਵੇਕਾਨੰਦ ਕਿਹਾ ਕਰਦੇ ਸਨ, ਜਿਹੜੀ ਸਾਇੰਸ ਹੈ ਇਹਦਾ ਸਟਰਗਲ ਬਾਹਰ ਦੀ ਦੁਨੀਆ ਨਾਲ ਹੈ, ਔਰ ਜੋ ਅਧਿਆਤਮ ਹੈ ਇਹਦਾ ਸਟਰਗਲ ਇਨਰ ਵਰਲਡ ਦੇ ਨਾਲ ਹੈ, ਅੰਦਰ ਦੇ ਨਾਲ ਹੈ। ਇਸ ਕਰਕੇ ਪਾਤਸ਼ਾਹ ਬਾਹਰੀ ਵੇਸ਼ਭੂਸ਼ਾ, ਬਾਹਰੀ ਖਾਣ ਪਾਣ, ਬਾਹਰੀ ਵਿਵਹਾਰ, ਬਾਹਰੀ ਮਰਿਆਦਾ ਦੀ ਸੁੱਚਤਾ ਔਰ ਸੰਯਮਤਾ ਜ਼ਰੂਰੀ ਹੈ, ਪਰ ਇੰਨੇ ਮਾਤਰ ਦੇ ਨਾਲ ਜੇ ਵਿਅਕਤੀ ਦੀ ਆਪਣੇ ਅੰਦਰ ਝਾਤੀ ਨਹੀਂ ਹੈ ਤਾਂ ਸੱਚ ਜਾਨਣਾ ਸਜਿਆ ਧਜਿਆ ਹੀ ਰਹਿ ਜਾਂਦਾ, ਜਿਸ ਕੰਮ ਵਾਸਤੇ ਸਜਿਆ ਧਜਿਆ ਸੀ ਉਹ ਹੁੰਦਾ ਨਹੀਂ ਗਾ। ਪਾਤਸ਼ਾਹ ਕਹਿੰਦੇ ਨੇ ਇਹ ਸਰੀਰ ਹੀ ਖੇਤ ਹੈ, ਮਨ ਹਾਲੀ। ਕਿਰਸਾਨੀ ਕਰਨ ਦੇ ਵਾਸਤੇ ਸਭ ਤੋਂ ਵੱਡਾ ਔਜ਼ਾਰ ਹੈ ਹੱਲ ਵਾਹੁਣਾ, ਖੇਤ ਨੂੰ ਸਵਾਰਨਾ। ਜੇ ਹੱਲ ਠੀਕ ਹੈ, ਔਜ਼ਾਰ ਠੀਕ ਨੇ, ਤਾਂ ਹੀ ਜ਼ਮੀਨ ਠੀਕ ਹੋਏਗੀ।
ਪਾਤਸ਼ਾਹ ਮਨ ਵੱਲ ਇਸ਼ਾਰਾ ਕਰਦੇ ਨੇ, ਕਿਉਂਕਿ ਇਹ ਸਾਧਨਾ ਮਨ ਦੀ ਹੈ। ਇਸ ਗੱਲ ਦੇ ਪ੍ਰਤੀ ਬੜਾ ਸੁਚੇਤ ਰਹੀਏ। ਕਰਮੇ ਤੋਂ ਮਾਲਾ ਫਿਰੇ, ਜੀਭ ਫਿਰੇ ਮੁਖ ਮਾਹੇ, ਮਨੁਆ ਚੌ ਦਿਸ ਫਿਰੇ, ਯੇ ਤੋ ਸਿਮਰਨ ਨਾਹੇ। ਹੱਥ 'ਚ ਮਾਲਾ ਘੁੰਮੀ ਜਾਂਦੀ ਹੈ, ਜ਼ੁਬਾਨ ਅਭਿਆਸ ਅਨੁਸਾਰ ਮੂੰਹ 'ਚ ਘੁੰਮੀ ਜਾਂਦੀ ਹੈ, ਮਨ ਚਾਰੇ ਪਾਸੇ ਹੈ। ਕਬੀਰ ਸਾਹਿਬ ਕਹਿੰਦੇ ਨੇ ਇਹ ਸਿਮਰਨ ਨਹੀਂ ਗਾ। ਕਹਿਣ ਤੋਂ ਭਾਵ ਮਨ ਦੀ ਇਹ ਬਹੁਤ ਸਾਰੇ ਆਯਾਮ ਨੇ। ਮਨ ਜਿਸ ਤਰ੍ਹਾਂ ਬਾਹਰੀ ਲੋਕਾਂ ਨੂੰ ਠੱਗਣ ਦੇ ਵਾਸਤੇ ਚਤੁਰਾਈ ਕਰਦਾ ਨਾ, ਆਪਣੇ ਆਪ ਨੂੰ ਠੱਗਣ ਵਾਸਤੇ ਵੀ ਮਨ ਬਹੁਤ ਤਰ੍ਹਾਂ ਦੀਆਂ ਖੇਡਾਂ ਖੇਡਦਾ। ਕਿਉਂ? ਕਿਉਂਕਿ ਬੜਾ ਗੰਭੀਰ ਵਿਸ਼ੇ ਹੈ। ਮਨ ਦਾ ਅਸਤਿਤਵ ਹੀ ਓਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਵਿਅਕਤੀ ਸੱਚਾਈ ਨੂੰ ਪਹਿਚਾਣ ਨਾ ਲਏ। ਔਰ ਮਨ ਦੀ ਇਹ ਪੂਰੀ ਕੋਸ਼ਿਸ਼ ਹੈ, ਔਰ ਜਨਮ ਜਨਮਾਂਤਰਾਂ ਤੱਕ ਮਨ ਇਸ ਢੰਗ ਦੀ ਖੇਡ ਖੇਡਦਾ, ਇਹ ਜੀਵ ਆਤਮਾ ਪਰਮਾਤਮਾ ਨਾਲ ਮਿਲ ਨਾ ਲਵੇ। ਜਿਸ ਦਿਨ ਇਹ ਜੀਵ ਆਤਮਾ ਪਰਮਾਤਮਾ ਦੇ ਨਾਲ ਇੱਕ ਹੋ ਜਾਏਗਾ, ਆਪਣੇ ਸੱਚਿਦਾਨੰਦ ਯਥਾਰਥ ਸਰੂਪ ਨੂੰ ਪਹਿਚਾਣ ਲਏਗਾ, ਮਨ ਖਤਮ ਹੋ ਜਾਏਗਾ। ਇਸ ਕਰਕੇ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਮਨ ਨਿਰੰਤਰ ਸੰਕਲਪ ਅਤੇ ਵਿਕਲਪਾਂ ਦੇ ਵਿੱਚ ਉਲਝਿਆ ਰਹਿੰਦਾ, ਔਰ ਇਸ ਜੀਵ ਆਤਮਾ ਨੂੰ ਉਲਝਾਈ ਰੱਖਦਾ, ਕਿਤੇ ਵੀ ਸ਼ਾਂਤ ਅਤੇ ਤ੍ਰਿਪਤ ਨਹੀਂ ਹੁੰਦਾ। ਮਨ ਦੀ ਇੱਕ ਚਲਾਕੀ ਕੀ ਹੈ, ਜਦੋਂ ਬਹੁਤ ਦਿਨਾਂ ਦਾ ਇਹ ਅਭਿਆਸ ਹੋ ਜਾਂਦਾ ਕਿਸੇ ਕਰਮ ਨੂੰ ਕਰਨ ਦਾ, ਮਨ ਜੜਵੱਤ ਹੋ ਜਾਂਦਾ। ਆਪਨੇ ਬਹੁਤ ਵਾਰ ਅਹਿਸਾਸ ਕੀਤਾ ਹੋਏਗਾ, ਅਰਦਾਸ ਯਾਦ ਹੈ ਔਰ ਬਚਪਨ ਤੋਂ ਕਰਦੇ ਹਾਂ ਪਏ, ਇੱਕ ਓਅੰਕਾਰ ਤੋਂ ਕਦੋਂ ਸ਼ੁਰੂ ਕਰਕੇ ਜਕਾਰੇ 'ਤੇ ਜਾ ਕੇ ਧਿਆਨ ਆਉਂਦਾ, ਪੂਰੀ ਵੀ ਹੋ ਗਈ ਹੈ। ਮਨ ਦੀ ਇਹ ਹਮੇਸ਼ਾ ਧਿਆਨ ਰੱਖਣਾ, ਇਹ ਜੜਵਤ ਨਾ ਹੋਵੇ, ਇਹ ਯੰਤਰਵਤ ਨਾ ਹੋਵੇ, ਇਹ ਬੇਹੋਸ਼ੀ 'ਚ ਨਾ ਹੋਵੇ। ਨਾਮ ਦਾ ਰਸ ਨਹੀਂ ਆਉਣਾ, ਮਨ ਦਾ ਨਹੀਂ ਲੱਗਣਾ, ਇਹ ਦੁੱਖ ਦੀ ਗੱਲ ਨਹੀਂ ਗੀ। ਮੈਨੂੰ ਰਸ ਨਹੀਂ ਆ ਰਿਹਾ, ਮਨ ਨਹੀਂ ਲੱਗ ਰਿਹਾ, ਇਹਦਾ ਪਤਾ ਵੀ ਨਾ ਲੱਗਣਾ, ਇਹ ਵੱਡੀ ਦੁੱਖ ਦੀ ਗੱਲ ਹੈ। ਸਾਲਾਂ ਬੀਤ ਜਾਂਦੇ ਨੇ, ਵਿਅਕਤੀ ਨੂੰ ਇਹ ਹੋਸ਼ ਨਹੀਂ ਰਹਿੰਦੀ, ਜੋ ਮੈਂ ਕਰ ਰਿਹਾ ਉਹਦੇ 'ਚ ਰਸ ਨਹੀਂ ਆ ਰਿਹਾ, ਗੰਭੀਰਤਾ ਨਹੀਂ ਆ ਰਹੀ, ਸਫਲਤਾ ਕਿਉਂ ਨਹੀਂ ਮਿਲ ਰਹੀ, ਯੰਤਰਵਤ ਕਰੀ ਜਾ ਰਹੇ ਹਾਂ ਸਾਲਾਂ ਬੱਧੀ। ਸੋ ਸਾਧਕ ਨੂੰ, ਸਿੱਖ ਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ, ਮਨ ਨਹੀਂ ਲੱਗ ਰਿਹਾ, ਰਸ ਨਹੀਂ ਆ ਰਿਹਾ, ਕੋਈ ਗੱਲ ਨਹੀਂ, ਮਨ ਦੇ ਸੰਸਕਾਰ ਨੇ। ਕਰਤ ਕਰਤ ਅਭਿਆਸ ਜੜਮਤੀ ਹੋਤ ਸੁਜਾਨ, ਅਭਿਆਸ ਦੀ ਤਾਕਤ ਹੈ, ਸਤਿਗੁਰੂ ਦੀ ਕਿਰਪਾ ਹੈ, ਰਸ ਆਏਗਾ, ਮਨ ਲੱਗੇਗਾ। ਪਰ ਦੁੱਖ ਇਸ ਗੱਲ ਦਾ, ਕਰਦਿਆਂ ਕਰਦਿਆਂ ਹੀ ਯਾਦ ਹੀ ਨਹੀਂ ਰਹਿੰਦਾ ਮੈਂ ਸਿਮਰਨ ਕਰ ਰਿਹਾ, ਕਰਦਿਆਂ ਕਰਦਿਆਂ ਹੀ ਯਾਦ ਹੀ ਨਹੀਂ ਰਹਿੰਦਾ, ਇਹਦੇ 'ਚ ਰਸ ਵੀ ਆਉਂਦਾ, ਇਕਾਗਰਤਾ ਵੀ ਬਣਦੀ ਹੈ। ਇਹ ਮਨ ਹਾਲੀ ਬਣੇ, ਭਾਵ ਕਰਨ ਤੋਂ ਪਹਿਲਾਂ ਇਹ ਸੁਚੇਤਤਾ ਹੋਵੇ, ਮੈਂ ਬੈਠਾ ਕਿੱਥੇ ਹਾਂ, ਕਰਦਾ ਕੀ ਪਿਆ, ਇਹ ਹੋਸ਼ 'ਚ ਰਹਿਣਾ, ਹੋਸ਼ 'ਚ ਰਹਿਣਾ। ਬਹੁਤੀ ਵਾਰ
ਪੰਜ ਦਸ ਮਿੰਟ ਤੋਂ ਬਾਅਦ ਬੇਹੋਸ਼ੀ ਛਾ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ ਕਿੱਥੇ ਆ ਔਰ ਸਮੇਂ ਕਿਵੇਂ ਲੰਘ ਜਾਂਦਾ ਹੈ। ਪਹਿਲੀ ਚੀਜ਼ ਇਹ ਮਨ ਦੀ ਜੜਵੱਤਤਾ, ਇਹ ਟੁੱਟਣੀ ਚਾਹੀਦੀ ਹੈ, ਯੰਤਰਤਾ ਹੋਸ਼ ਪੂਰਵਕ ਕੀਤਾ ਜਾਵੇ। ਔਰ ਦੂਸਰੀ ਕਹਿ ਰਹੇ ਨੇ ਕਿਰਸਾਣੀ ਕਰਨੀ, ਔਰ ਇੰਨੇ ਦੇ ਨਾਲ ਹੀ ਗੱਲ ਨਹੀਂ, ਕਿਉਂਕਿ ਜੋ ਚੀਜ਼ ਖਾਧੀ ਜਾਂਦੀ ਹੈ ਉਹਦਾ ਸਰੀਰ ਦੇ ਹਰ ਅੰਗ 'ਤੇ ਅਸਰ ਹੁੰਦਾ। ਇਸੇ ਪ੍ਰਕਾਰ ਜੋ ਵੀ ਕੰਮ ਕੀਤੇ ਜਾਂਦੇ ਨੇ ਉਹਦਾ ਅਸਰ ਮਨ ਦੇ ਹਰ ਸਤਰ 'ਤੇ ਪੈਂਦਾ। ਪਾਤਸ਼ਾਹ ਕਹਿੰਦੇ ਨੇ ਆਪਣੇ ਕਰਨੀ ਨੂੰ ਠੀਕ ਕਰ, ਆਪਣੇ ਕਰਮਾਂ ਨੂੰ ਠੀਕ ਕਰ, ਆਪਣੇ ਵਿਚਾਰਾਂ ਨੂੰ ਠੀਕ ਕਰ, ਆਪਣਾ ਬਹਿਣਾ ਉੱਠਣਾ, ਕਿਸੇ ਦਾ ਦਿਲ ਨਹੀਂ ਦਿਖਾਉਣਾ। ਇਹਦੇ 'ਤੇ ਬਹੁਤ ਕੁਛ ਆਖਿਆ ਜਾ ਸਕਦਾ। ਕਹਿਣ ਤੋਂ ਭਾਵ ਆਪਣੇ ਚਰਿੱਤਰ ਨੂੰ ਸਵਾਰ। ਜੇ ਕਰੈਕਟਰ ਨਹੀਂ ਹੈ, ਚਰਿੱਤਰ ਠੀਕ ਨਹੀਂ ਹੈ, ਚਰਿੱਤਰ ਤੋਂ ਭਾਵ ਕੀ ਹੈ, ਧੋਖਾ ਕਰਨਾ, ਆਪਣੀ ਜ਼ਿੰਮੇਵਾਰੀ ਤੋਂ ਭੱਜਣਾ, ਸੱਚਾਈ ਤੋਂ ਦੂਰ ਹੋਣਾ, ਸੰਸਾਰਕ ਵਿਸ਼ੇ ਵਾਸਨਾ ਨੂੰ ਅਹਿਮੀਅਤ ਦੇਣੀ, ਇਹਦਾ ਨਾਮ ਹੈ ਚਰਿੱਤਰ ਦੀ ਗੜਬੜੀ। ਆਪਣੇ ਚਰਿੱਤਰ ਨੂੰ ਠੀਕ ਕਰ। ਕਿਉਂ? ਇਹ ਦੁਨੀਆ ਨੂੰ ਦਿਖਾਉਣ ਦਾ ਰਸਤਾ ਨਹੀਂ ਹੈ। ਜਿਸ ਪਰਮਾਤਮਾ ਦੀ ਪ੍ਰਸੰਨਤਾ ਦੇ ਵਾਸਤੇ ਕਰਦੇ ਹਾਂ ਨਾ ਪਏ, ਉਹ ਤਾਂ ਹਿਰਦੇ 'ਚ ਵਿਰਾਜਮਾਨ ਹੈ, ਉਹ ਤਾਂ ਘੱਟ ਘੱਟ 'ਚ ਵਿਰਾਜਮਾਨ ਹੈ। ਉਹਨੂੰ ਕਿਹੜੀ ਗੱਲ ਦਾ ਧੋਖਾ ਦੇ ਸਕਦੇ ਹਾਂ, ਜਾਂ ਉਹਦੇ ਕੋਲੋਂ ਆਪਣੇ ਭਾਵਾਂ ਨੂੰ ਕਿਵੇਂ ਛੁਪਾ ਸਕਦੇ ਹਾਂ? ਇਸ ਕਰਕੇ ਪੂਰੀ ਇਮਾਨਦਾਰੀ ਨਾਲ ਜਿਉਂ, ਕਿਉਂਕਿ ਜਿਸ ਪਰਮਾਤਮਾ ਦੀ ਪ੍ਰਸੰਨਤਾ ਵਾਸਤੇ ਤੂੰ ਕਰ ਰਿਹਾ, ਉੱਥੇ ਸੱਚਾ ਅਤੇ ਸੁੱਚਾ ਵਿਅਕਤਿਤਵ ਹੀ ਪ੍ਰਵਾਨ ਹੁੰਦਾ। ਕੋਈ ਦਿਖਾਵਾ ਦੇਖਾ ਦੇਖੀ ਨਹੀਂ ਚੱਲਦੀ। ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਪਾਣੀ ਕੀ ਦੇਣਾ? ਸ਼ਰਮ ਦਾ, ਡਰ ਦਾ। ਕਈ ਵਾਰੀ ਕਰਮ ਹੋ ਜਾਂਦੇ ਨੇ ਗਲਤ, ਪਰ ਵਿਅਕਤੀ ਪਛਤਾਪ ਹੀ ਨਾ ਕਰੇ। ਔਰ ਮਨ ਦੀ ਹੋਰ ਚਲਾਕੀ ਹੈ, ਗਲਤੀ ਵਿਅਕਤੀ ਮੰਨਦਾ ਨਹੀਂ, ਬੜੇ ਬੜੇ ਕਾਰਨ ਦੱਸਦਾ, ਮੈਂ ਤਾਂ ਨਹੀਂ ਸੀ ਕਰਨਾ, ਹੋ ਗਿਆ, ਉਹਦੇ ਕਾਰਨ ਹੋ ਗਿਆ, ਮੇਰਾ ਦਿਲ ਨਹੀਂ ਸੀ, ਉਹਨੇ ਮੈਨੂੰ ਮਜਬੂਰ ਕੀਤਾ, ਜਾਂ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸਨ। ਪਾਤਸ਼ਾਹ ਕਹਿੰਦੇ ਨੇ ਸ਼ਰਮ ਮਹਿਸੂਸ ਕਰ, ਲੱਜਾ ਲਿਆ ਆਪਣੇ ਅੰਦਰ, ਬੁਰੇ ਕਰਮਾਂ ਤੋਂ ਗੁਰੇਜ਼ ਕਰ। ਜਿਸ ਕੰਮ ਵਾਸਤੇ ਤੈਨੂੰ ਭੇਜਿਆ, ਜੇ ਤੂੰ ਨਹੀਂ ਕਰਦਾ ਪਿਆ, ਘੱਟੋ ਘੱਟ ਇਸ ਗੱਲ ਦੀ ਸ਼ਰਮ ਤੇ ਅੰਦਰ ਹੋਵੇ ਨਾ। ਔਰ ਸੱਚ ਜਾਣਨਾ, ਭਗਤੀ ਸ਼ਾਸਤਰ 'ਚ ਲੱਜਾ ਨੂੰ ਭਗਤੀ ਦਾ ਇੱਕ ਵੱਡਾ ਗੁਣ ਦੱਸਿਆ। ਜਿਹੜਾ ਵਿਅਕਤੀ ਬੁਰੇ ਕਰਮਾਂ ਤੋਂ ਲੱਜਾ ਨਹੀਂ ਕਰਦਾ, ਉਹ ਕਦੇ ਵੀ ਕਰਮ ਛੱਡੇਗਾ ਨਹੀਂ। ਹੋ ਸਕਦਾ ਵਿਅਕਤੀ ਦਾ ਜੀਵਨ ਅੱਜ ਵੀ ਖਰਾਬ ਹੈ, ਪਰ ਉਹ ਮਨੀ ਮਨ ਕੁੜਦਾ, ਮੈਂ ਮਾੜੇ ਕਰਮ ਕਰਦਾ, ਇਹ ਚੰਗੀ ਚੀਜ਼ ਨਹੀਂ ਹੈ, ਮੈਨੂੰ ਛੱਡਣੀ ਚਾਹੀਦੀ ਹੈ, ਆਪਣੇ ਕਰਮਾਂ ਦਾ ਹਿਸਾਬ ਮੈਨੂੰ ਦੇਣਾ ਪੈਣਾ। ਜੇ ਉਹਦੇ ਮਨ ਦੇ ਅੰਦਰ ਇਹ ਕਸ਼ਮਕਸ਼ ਚੱਲਦੀ ਹੈ ਪਈ, ਸੱਚ ਜਾਣਨਾ ਉਹ ਇੱਕ ਦਿਨ ਬੁਰੇ ਕਰਮਾਂ ਤੋਂ ਜ਼ਰੂਰ ਬਾਹਰ ਆ ਜਾਏਗਾ। ਦੁੱਖ ਦੀ ਗੱਲ ਇਹ ਹੈ, ਬੁਰਾ ਇਹ ਕਰਮ ਕਰਦਿਆਂ ਹੋਇਆਂ ਵੀ ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ, ਅਸੀਂ ਮਾੜਾ ਜੀਵਨ ਜਿਉਂਦੇ ਹਾਂ ਪਏ। ਬੜੀ ਫਕਰਤਾ ਦੇ ਨਾਲ ਆਪ ਮੁਹਾਰੇ ਜੀਵਨ ਜਿਉਂਦੇ ਹਾਂ। ਕੋਈ ਸ਼ਾਸਤਰ ਦੀ, ਗੁਰੂ ਦੀ, ਧਰਮ ਦੀ, ਮਰਿਆਦਾ ਦੀ
ਕੋਈ ਲੱਜਾ ਔਰ ਸ਼ਰਮ ਨਹੀਂ ਰੱਖਦੇ। ਪਾਤਸ਼ਾਹ ਕਹਿੰਦੇ ਨੇ ਜਿਹਦੇ ਮਨ ਨੂੰ ਇਹ ਪਾਣੀ ਨਹੀਂ ਗਾ ਲੱਜਾ ਦਾ, ਉੱਥੇ ਕਦੇ ਵੀ ਨਾਮ ਦਾ ਬੀਜ ਹਰਾ ਨਹੀਂ ਹੋਏਗਾ, ਨਹੀਂ ਹੋਏਗਾ। ਨਾਮ ਬੀਜ ਸੰਤੋਖ ਸੁਹਾਗਾ, ਇਹ ਨਾਮ ਦਾ ਬੀਜ ਬੀਜਣਾ ਇਸ ਮਨ ਦੇ ਨਾਲ। ਜਪਣਾ ਕਿੰਨੇ ਹੈ, ਮਨ ਨੇ ਜਪਣਾ, ਪਰ ਮਨ ਕਿਤੇ ਹੋਰ ਹੁੰਦਾ, ਅਭਿਆਸ ਵਸ਼ਾਤ ਇਹ ਜੀਭਾ ਉਸ ਬੈਖਰੀ ਸ਼ਬਦ ਦਾ ਉਚਾਰਣ ਕਰਦੀ ਰਹਿੰਦੀ ਹੈ, ਔਰ ਇਹ ਵਿਅਕਤਿਤਵ ਇੰਨਾ ਬਿਖਰਿਆ ਹੁੰਦਾ, ਸਰੀਰ ਕਿਤੇ ਬੈਠਾ, ਜ਼ੁਬਾਨ ਕਿਤੇ ਘੁੰਮਦੀ ਹੈ, ਔਰ ਮਨ ਕਿਤੇ ਹੋਰ ਸੰਕਲਪਾਂ ਵਿਕਲਪਾਂ ਦੇ ਵਿੱਚ ਭੱਜਿਆ ਫਿਰਦਾ। ਔਰ ਆਪ ਸਵੈਮ ਹੀ ਇਸ ਗੱਲ ਦਾ ਨਿਰਣੇ ਕਰ ਸਕਦੇ ਹੋ, ਇਸ ਤਰ੍ਹਾਂ ਦਾ ਵਿਅਕਤਿਤਵ ਕਿਸੇ ਗੰਭੀਰ ਜਾਂ ਸ੍ਰੇਸ਼ਟ ਕਾਰਜ ਨੂੰ ਕਿਵੇਂ ਕਰ ਸਕਦਾ। ਨਾਮ ਦਾ ਬੀਜ ਬੀਜਣਾ, ਸੰਤੋਖ ਦਾ ਸੁਹਾਗਾ ਫੇਰਨਾ। ਕਾਮਨਾਵਾਂ ਦੇ ਵਿੱਚ ਮਨ ਉਲਝਿਆ ਰਹਿੰਦਾ, ਸੱਚ ਜਾਣਨਾ, ਸੱਚ ਜਾਣਨਾ। ਆਚਾਰੀਆ ਰਜਨੀਸ਼ ਕਿਹਾ ਕਰਦੇ ਸਨ, ਮੂੰਛ 31 ਦੰਦ ਹੋਣ ਨਾ, ਜਿਹੜਾ ਇੱਕ ਟੁੱਟਿਆ ਹੁੰਦਾ ਜੀਭ ਬਾਰ ਬਾਰ ਉਹਦੇ 'ਤੇ ਜਾ ਕੇ ਮਨ ਨੂੰ ਪਰੇਸ਼ਾਨ ਕਰਦੀ ਹੈ, ਹਾਏ ਟੁੱਟ ਗਿਆ, ਹਾਏ ਹੈ ਨਹੀਂ। ਔਰ ਜਿਹੜੇ 31 ਕੋਲ ਨੇ ਉਹਦਾ ਸ਼ੁਕਰਾਨਾ ਨਹੀਂ ਕਰਦਾ। ਇਹ ਵੀ ਮਨ ਦੀ ਕਮਜ਼ੋਰੀ ਹੈ, ਇਹ ਮਨ ਦੀ ਆਦਤ ਬਣੀ ਹੈ ਸਾਡੀ, ਜਨਮ ਜਨਮਾਂਤਰਾਂ ਤੋਂ ਅਭਿਆਸ ਹੀ ਇਸ ਤਰ੍ਹਾਂ ਦਾ, ਖੁਸ਼ ਹੋਣਾ ਹੀ ਨਹੀਂ। ਇੱਕ ਮਿਲਿਆ ਦੋ ਦੀ ਕਾਮਨਾ, ਪਹਿਲਾਂ ਵਿਆਹ 'ਚ ਆਉਂਦਾ, ਵਿਆਹ ਹੋ ਗਿਆ, ਪੁੱਤਰ ਹੋ ਜੇ, ਪੁੱਤਰ ਹੋ ਗਿਆ, ਨੌਕਰੀ ਲੱਗ ਜੇ, ਨੌਕਰੀ ਲੱਗ ਗਿਆ, ਆਹ ਹੋ ਜੇ। ਇਹ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ, ਚੱਲਦੀ ਰਹਿੰਦੀ ਹੈ, ਸੰਤੋਸ਼ ਨਹੀਂ ਹੈ। ਵਿਸ਼ਵਾਸ ਕਰ, ਤੈਨੂੰ ਜੋ ਮਿਲਿਆ ਕਰਮਾਂ ਦੇ ਅਨੁਸਾਰ ਮਿਲ ਰਿਹਾ, ਕਰਮਾਂ ਦੇ ਅਨੁਸਾਰ ਤੈਨੂੰ ਜ਼ਰੂਰ ਮਿਲੇਗਾ। ਭਰਤਰੀ ਹਰੀ ਕਹਿੰਦੇ ਨੇ, ਯਦ ਧਾਤਰਾ ਨਿਜ ਬਾਲ ਪੱਟ ਲਖਿਤਮ ਸਤੋਕਮ ਮਹਦ ਵਾਦਨੂ ਤਤ ਪ੍ਰਾਪਤੇ ਵਨਸਥਲੇ ਅਪੀ। ਤੇਰੇ ਕਰਮਾਂ ਅਨੁਸਾਰ ਤੇਰੇ ਲਲਾਟ 'ਤੇ ਜੋ ਲਿਖਿਆ ਗਿਆ ਭਾਗਾਂ 'ਚ, ਚਾਹੇ ਤੂੰ ਰੇਗਿਸਤਾਨ ਦੇ ਵਿੱਚ ਜਾ ਕੇ ਤੜਫਦਾ ਰਹਿ ਤਾਂ ਵੀ ਨਹੀਂ ਮਿਲੇਗਾ, ਚਾਹੇ ਮੇਰੂ ਪਰਬਤ ਦੇ ਉੱਤੇ ਚੜ ਕੇ ਨੱਚ, ਜੇ ਕਰਮਾਂ 'ਚ ਨਹੀਂ ਗਾ ਤਾਂ ਵੀ ਨਹੀਂ ਮਿਲੇਗਾ, ਜੇ ਕਰਮਾਂ 'ਚ ਹੋਏਗਾ ਘਰ ਬੈਠਿਆਂ ਸਹਿਜਤਾ ਨਾਲ ਮਿਲ ਜਾਏਗਾ। ਸੰਤੋਸ਼ ਦਾ ਮਤਲਬ ਇਹ ਨਹੀਂ ਗਰੀਬੀ, ਮਿਹਨਤ ਨਹੀਂ ਕਰਨੀ, ਉੱਦਮ ਨਹੀਂ ਕਰਨਾ, ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵਿਉਂਤ ਨਹੀਂ ਬਣਾਉਣੀ, ਕੋਈ ਕੰਮ ਸ਼ੁਰੂ ਹੀ ਨਹੀਂ ਕਰਨਾ, ਇਹ ਮਤਲਬ ਨਹੀਂ ਹੈ। ਪਰ ਜੋ ਕੁਛ ਹੋ ਰਿਹਾ ਸਬਰ ਸੰਤੋਖ ਦੇ ਨਾਲ ਉਹਨੂੰ ਪ੍ਰਵਾਨ ਕਰਕੇ ਸਹਿਜਤਾ ਲਿਆਵੇ ਮਨ ਦੇ ਅੰਦਰ, ਮਨ ਨੂੰ ਬਹੁਤ ਚਿੰਤਾਗ੍ਰਸਤ ਨਾ ਬਣਾਵੇ। ਜੋ ਅਸੰਤੋਸ਼ੀ ਵਿਅਕਤੀ ਹੁੰਦਾ ਉਹ ਸਭ ਕੁਛ ਹੁੰਦਿਆਂ ਵੀ ਰੋਂਦਾ, ਮਨ ਹਮੇਸ਼ਾ ਇੱਕ ਮਜ਼ਬੂਰ, ਇੱਕ ਚਿੰਤਾਤੁਰ, ਇੱਕ ਅਜੀਬ ਜੀ ਪਰੇਸ਼ਾਨੀ 'ਚ ਹੀ ਫਸਿਆ ਰਹਿੰਦਾ। ਮਨ ਦੇ ਅੰਦਰ ਉਹ ਉਲਾਸ ਨਹੀਂ ਆਉਂਦਾ, ਉਹ ਉਤਸ਼ਾਹ ਨਹੀਂ ਬਣਦਾ, ਕਿਉਂ ਭਿਖਾਰੀ ਬਣਿਆ। ਭਿਖਾਰੀ ਕਿਵੇਂ ਉਤਸ਼ਾਹਿਤ ਹੋ ਸਕਦਾ? ਭੀਖ ਮੰਗਣ ਵਾਲਾ ਜਿੰਨਾ ਆਪਣੇ ਮੂੰਹ ਨੂੰ ਵਿੰਗਾ ਟੇਢਾ ਅਤੇ ਦਇਆ ਯੁਕਤ ਕਰੇਗਾ ਨਾ, ਵੇਖਣ ਵਾਲਾ ਤਾਂ ਹੀ ਭੀਖ ਦਏਗਾ। ਇਸੇ ਪ੍ਰਕਾਰ ਮਨ ਵੀ ਇਸੇ ਤਰ੍ਹਾਂ ਬਣਿਆ ਰਹਿੰਦਾ। ਪਾਤਸ਼ਾਹ ਕਹਿੰਦੇ ਨੇ ਨਹੀਂ ਨਹੀਂ ਨਹੀਂ, ਇਹ ਨਾਮ ਦਾ ਬੀਜ ਨਹੀਂ ਬੀਜਿਆ ਜਾਏਗਾ। ਸਬਰ ਦਾ ਸੁਹਾਗਾ ਮਾਰ, ਔਰ ਨਾਮ ਬੀਜ ਸੰਤੋਖ ਸੁਹਾਗਾ। ਇੱਕ ਵੱਡੀ ਗੱਲ ਕਰ, ਭਾਓ ਕਰਮ ਕਰ ਜਮਸੀ ਸੇ ਕਰ ਭਾਗਟ ਦੇਖ।
ਦੋ ਚੀਜ਼ਾਂ ਪ੍ਰੇਮ ਨਾਲ ਜੰਮੇਗਾ। ਪ੍ਰੇਮ ਦਾ ਅਰਥ ਪੁਰਸ਼ਾਰਥ ਵੀ ਹੈ। ਲੋਕ ਸਤਿਗੁਰੂ ਕਿਰਪਾ ਕਰਨਗੇ ਤਾਂ ਉੱਠਾਂਗੇ ਜੀ, ਬੰਦੇ ਦੀ ਕੀ ਤਾਕਤ ਹੈ। ਸਤਿਗੁਰੂ ਕਿਰਪਾ ਕਰਨਗੇ ਤਾਂ ਜਪਿਆ ਜਾਂਦਾ ਜੀ, ਬੰਦਾ ਕੀ ਕਰ ਸਕਦਾ। ਪਰ ਜਦੋਂ ਪੈਸੇ ਵਾਸਤੇ ਭੱਜਣਾ ਹੋਵੇ ਉਦੋਂ ਤਾਂ ਨਹੀਂ ਸਤਿਗੁਰਾਂ ਨੂੰ ਕੋਈ ਪੁੱਛਦਾ। ਜਦੋਂ ਕੋਈ ਹੋਰ ਕੰਮ ਕਰਨਾ ਹੋਵੇ ਦੁਨਿਆਵੀ, ਉਦੋਂ ਤਾਂ ਦਿਨ ਰਾਤ ਅਤੇ ਪੂਰੀ ਜਦੋ ਜਹਿਦ ਕਰ ਦਿੰਦਾ। ਪਰ ਜੇ ਸਤਿਗੁਰਾਂ ਨੇ ਗੁਰਬਾਣੀ 'ਚ ਹਜ਼ਾਰਾਂ ਵਾਰ ਇਸ ਗੱਲ ਦਾ ਫਰਮਾਨ ਕੀਤਾ, ਨਾਮ ਜਪੋ, ਨਾਮ ਜਪੋ, ਉੱਦਮ ਕਰੋ, ਅਤੇ ਜਦੋਂ ਇੱਥੇ ਵਾਰੀ ਆਉਂਦੀ ਉਦੋਂ ਸਤਿਗੁਰ ਜਪਾਉਣਗੇ ਤਾਂ ਹੋਏਗਾ ਜੀ। ਪਾਤਸ਼ਾਹ ਕਹਿੰਦੇ ਨੇ ਚਲਾਕੀ ਨਾ ਕਰ, ਹੁਸ਼ਿਆਰੀ ਨਾ ਕਰ, ਭਾਓ ਕਰਮ ਕਰ ਜਮਸੀ, ਪ੍ਰੇਮ ਕਰ, ਪੁਰਸ਼ਾਰਥ ਕਰ, ਔਰ ਦੂਸਰੀ ਚੀਜ਼ ਕਿਰਪਾ, ਬਖਸ਼ਿਸ਼। ਜਿੱਥੇ ਪੁਰਸ਼ਾਰਥ ਹੋਏਗਾ, ਪ੍ਰੇਮ ਹੋਏਗਾ, ਉੱਦਮ ਹੋਏਗਾ, ਔਰ ਇਸ ਉੱਦਮ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਦੀ ਬਖਸ਼ਿਸ਼ ਅਤੇ ਕਿਰਪਾ ਹੋਏਗੀ, ਉਸੇ ਹਿਰਦੇ ਦੇ ਅੰਦਰ ਇਹ ਨਾਮ ਬੀਜਿਆ ਜਾਏਗਾ, ਫਲਿਤ ਹੋਏਗਾ, ਪੂਰਾ ਪ੍ਰਕਾਸ਼ਿਤ ਹੋਏਗਾ। ਬਾਬਾ ਮਾਇਆ ਸਾਥ ਨਾ ਹੋਏ, ਇਹ ਜਗ ਮਾਇਆ ਮੋਹਿਆ ਵਿਰਲਾ ਬੂਝਿਆ ਕੋਏ, ਇਹ ਫੁਰਮਾਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ। ਇਸ ਨਾਮ ਤੋਂ ਬਿਨਾਂ ਮਾਇਆ ਸਾਥ ਨਾ ਹੋਏ। ਮਾਇਆ ਤੋਂ ਭਾਵ ਸੰਸਾਰਕ ਸੰਬੰਧ, ਸੰਸਾਰਕ ਪਦਾਰਥ, ਔਰ ਇੱਥੋਂ ਤੱਕ ਕਿ ਸਰੀਰ ਵੀ ਮਾਇਆ ਸ਼ਬਦ ਦੇ ਅੰਦਰ ਆ ਜਾਂਦਾ ਹੈ। ਬਾਬਾ ਮਾਇਆ ਸਾਥ ਨਾ ਹੋਏ, ਇਹ ਜਗ ਮਾਇਆ ਮੋਹਿਆ ਵਿਰਲਾ ਬੂਝਿਆ ਕੋਏ। ਔਰ ਸੱਚੀ ਗੱਲ ਹੈ, ਇਸ ਮਾਇਆ ਨੇ ਮਨ ਨੂੰ ਐਸਾ ਮੋਹਿਤ ਕਰ ਦਿੱਤਾ, ਨਾਮ ਦੇ ਰਸ ਦੇ ਵਿੱਚ ਲੱਗਦੀ ਨਹੀਂ, ਇਸ ਕਿਰਪਾ ਨੂੰ ਪ੍ਰਾਪਤ ਕਰਨ ਦੇ ਵਾਸਤੇ ਜੂਝਦੀ ਨਹੀਂ, ਕਿਉਂਕਿ ਮਨ ਨੂੰ ਮਾਇਆ ਨੇ ਮੋਹ ਲਿਆ। ਵਿਰਲਾ ਬੂਝਿਆ ਕੋਈ, ਕਿਸੇ ਨੂੰ ਸਮਝ ਆਉਂਦੀ ਕਿਸੇ ਨੂੰ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਨ, ਇਹ ਸਮਝ ਆਵੇ, ਔਰ ਇਸ ਤਰ੍ਹਾਂ ਦੀ ਸਾਡੀ ਰਹਿਣੀ ਸਹਿਣੀ ਅਤੇ ਮਾਨਸਿਕ ਅਵਸਥਾ ਬਣੇ, ਤਾਂ ਜਾ ਕੇ ਨਾਮ ਦਾ ਰਸ ਜਿਹੜਾ ਉਹ ਸਾਡੇ ਜੀਵਨ 'ਚ ਉਤਰੇਗਾ। ਸੋ ਇਹਨਾਂ ਸ਼ਬਦਾਂ ਦੇ ਨਾਲ ਆਪ ਧੰਤਾ ਯੁਗ ਜੀਵਨ ਹੈ, ਜੋ ਸਤਿਗੁਰੂ ਜੀ ਦੀ ਸ਼ਰਨ 'ਚ ਆ ਕੇ ਸਾਨਿਧਿਅ ਪ੍ਰਾਪਤ ਕਰਕੇ ਸਾਧ ਸੰਗਤ ਦੇ ਰੂਪ 'ਚ ਗੁਰਬਾਣੀ ਸੁਣਦਿਆਂ ਹੋਇਆਂ ਸਿਮਰਨ ਦਾ ਜਾਪ ਕਰਦੇ ਹੋ ਪਏ, ਸਤਿਗੁਰੂ ਜੀ ਕਿਰਪਾ ਕਰਨੇ ਸਫਲ ਹੋਵੇ। ਆਓ ਹੁਣ ਆਪਣੇ ਇਸ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਜੋ ਪ੍ਰਸੰਗ ਚੱਲ ਰਿਹਾ, ਉਸ ਲੜੀਵਾਰ ਕਥਾ ਦੇ ਨਾਲ ਆਪ ਜੁੜਦੇ ਹੋਏ ਰਸਨਾ ਕਰਕੇ ਗੁਰਸਿਮਰਨ ਕਰੋ, ਸ਼ਰਵਣਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਪਾਵਨ ਪਵਿੱਤਰ ਜਸ, ਆਪ ਇਸ ਨੂੰ ਸਰਵਣ ਕਰੋ। ਇੱਕ ਦਿਨ ਪਾਰੋ ਨੇ ਕਰੀ ਗੁਰ ਆਗੈ ਅਰਦਾਸ। ਇਸ ਤੋਂ ਪਹਿਲਾਂ ਆਪਨੇ ਜੋ ਪ੍ਰਸੰਗ ਸੁਣਿਆ, ਮੈਂ ਇੱਕ ਦੋ ਅਧਿਆਏ ਵਿੱਚੋਂ ਛੱਡ ਦਿੱਤਾ, ਕਿਉਂਕਿ ਉਹਦੀ ਚਰਚਾ ਹੋ ਚੁੱਕੀ ਹੈ। ਪਰ ਫਿਰ ਵੀ ਮੈਂ ਸੰਖੇਪ ਨਾਲ ਆਪਦੇ ਸਾਹਮਣੇ ਰੱਖਾਂ, ਕਿਉਂਕਿ ਲੜੀਵਾਰ ਪ੍ਰਸੰਗ ਹੈ, ਔਰ ਅਧਿਆਏ ਤੋਂ ਬਾਅਦ ਦੂਸਰੇ ਅਧਿਆਏ ਦੀ ਉਲੰਘਣਾ ਵੀ ਕਰਨੀ ਠੀਕ ਨਹੀਂ। ਕੱਲ੍ਹ ਆਪਨੇ ਗਿਆਨੀ ਪ੍ਰਤਾਪ ਸਿੰਘ ਜੀ ਕੋਲੋਂ ਜਸ ਸਰਵਣ ਕੀਤਾ, ਜਦੋਂ ਸੁਣਦੇ ਸੀ ਨਾ ਪਏ ਸਾਹਮਣੇ ਬੈਠੇ, ਇਹ ਗੁਰੂ ਨਾਨਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ
ਅਤੇ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਮਹਾਨਤਾ ਹੈ, ਸਾਧ ਸੰਗਤ 'ਚ ਵਡਿਆਈ ਹੈ, ਉੱਚਾ ਦਰ ਹੈ। ਮੈਂ ਗਿਆਨੀ ਜੀ ਨੂੰ ਕਹਿ ਰਿਹਾ ਸੀ, ਮੈਂ ਕਿਹਾ ਗਿਆਨੀ ਜੀ ਆਪ ਦੇ ਬੋਲਣ 'ਚ ਰਸ ਸੀ, ਬੜਾ ਆਨੰਦ ਆ ਰਿਹਾ ਸੀ ਸਰਵਣ ਕਰਦੇ ਹਾਂ, ਪਰ ਮਨ ਬਾਰ ਬਾਰ ਇਹ ਵੇਖ ਕੇ ਖੇੜੇ 'ਚ ਆਉਂਦਾ ਸੀ, ਨੀਲੀ ਦਸਤਾਰ ਬੰਨ ਕੇ ਕੋਈ ਕਥਾ ਕਰ ਰਿਹਾ ਔਰ ਸਫੇਦ ਦਸਤਾਰ ਬੰਨ ਕੇ ਕੋਈ ਗ੍ਰੰਥ ਪੜ੍ਹ ਰਿਹਾ, ਇਹ ਦੋਨਾਂ ਦਾ ਸਮਾਵੇਸ਼ ਜੋ ਸੀ ਨਾ, ਉਹ ਮਨ ਨੂੰ ਹੋਰ ਆਨੰਦਿਤ ਕਰਦਾ ਸੀ ਪਿਆ, ਕਿਉਂਕਿ ਇਹ ਬਹੁਤ ਥੋੜ੍ਹੇ ਦਰ ਨੇ ਸਾਧ ਸੰਗਤ 'ਚ। ਦਾਸ ਨੂੰ ਜਾਣ ਦਾ ਮੌਕਾ ਮਿਲਦਾ ਇਸ ਪਹਿਰਾਵੇ ਚਿੰਨ੍ਹਾਂ ਨੂੰ ਲੈ ਕੇ, ਬੜਾ ਝਮੇਲਾ ਜੇ, ਬੜਾ ਝਮੇਲਾ ਜੇ, ਪਰ ਇਹ ਸਤਿਗੁਰੂ ਦਾ ਦਰ ਇਸ ਤਰ੍ਹਾਂ ਦਾ, ਜਿਹਦੇ ਅੰਦਰ ਗੁਣ ਹੈ, ਜਿਹੜਾ ਸੱਚੇ ਸਤਿਗੁਰੂ ਦੀ ਸਿਫਤ ਕਰਦਾ, ਗੁਰਬਾਣੀ ਦੀ ਗੱਲ ਸੁਣਾਉਂਦਾ, ਉਹ ਕਿਸੇ ਵੀ ਭੇਖ ਦਾ, ਕਿਸੇ ਵੀ ਪਹਿਰਾਵੇ ਦਾ ਹੋਵੇ, ਉਹ ਇਸ ਦਰ 'ਤੇ ਪ੍ਰਵਾਨ ਹੀ ਪ੍ਰਵਾਨ ਹੈ ਸਾਧ ਸੰਗਤ 'ਚ। ਸੋ ਗਿਆਨੀ ਜੀ ਕੱਲ੍ਹ ਆਪ ਨੂੰ ਸੁਣਾ ਰਹੇ ਸੀ ਕਿਸ ਤਰ੍ਹਾਂ ਬੀਰਬਲ ਜਿਹੜਾ ਉਹ ਅਕਬਰ ਦੇ ਕਹਿਣ 'ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਇਸ ਗੋਇੰਦਵਾਲ ਨਗਰ 'ਚ ਆ ਕੇ ਇੱਕ ਇੱਕ ਰੁਪਈਆ ਸਾਰੇ ਖੱਤਰੀਆਂ ਤੋਂ ਕਰ ਦੇ ਰੂਪ 'ਚ ਵਸੂਲਣਾ ਚਾਹੁੰਦਾ। ਸਾਹਿਬ ਇਨਕਾਰੀ ਕਰਦੇ ਨੇ, ਕਿਉਂਕਿ ਇਹ ਨਿਰਭੀਕਤਾ ਦੀ ਨਿਸ਼ਾਨੀ ਹੈ, ਕਰ ਦਈਏ ਕਿਉਂ, ਅਸੀਂ ਉਸ ਸੱਚੇ ਦੇ ਉਪਾਸ਼ਕ ਹਾਂ, ਅਸੀਂ ਉਸ ਸੱਚੇ ਦੇ ਭੈ 'ਚ ਜਿਉਂਦੇ ਹਾਂ। ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੇ ਉਸ ਅੰਗਰੇਜ਼ ਅਫਸਰ ਦੀ ਦਿੱਤੀ ਹੋਈ ਮੁਰੱਬਿਆਂ ਦੀ ਜ਼ਮੀਨ ਨੂੰ ਇਨਕਾਰੀ ਕਰ ਦਿੱਤੀ। ਡਰ ਕਿਸ ਗੱਲ ਦਾ, ਜਿਹੜਾ ਉਸ ਪਰਮਾਤਮਾ ਨਾਲ ਜੁੜਿਆ ਸਭ ਤੋਂ ਪਹਿਲਾਂ ਹੋਏਗਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ ਦੈਵੀ ਗੁਣਾਂ ਦਾ ਵਰਣਨ ਕਰਦੇ ਹੋਏ, ਅਭਯਮ ਸਤੁ ਸੰਸ਼ੁੱਧਿਰ ਗਿਆਨ ਯੋਗ ਵਿਵਸਥਿਤੀ, ਹੇ ਅਰਜੁਨ ਹੋਏਗਾ ਕਿ ਜਦੋਂ ਪਰਮਾਤਮਾ ਨਾਲ ਜੁੜੇਗਾ ਸਭ ਤੋਂ ਪਹਿਲਾਂ ਤੇਰੇ ਅੰਦਰ ਅਭੈਤਾ ਆ ਜਾਏਗੀ, ਨਿਡਰਤਾ ਆਏਗੀ। ਸੱਚ ਜਾਣਨਾ, ਜੇ ਹਜੇ ਮਨ ਡਰਿਆ ਹੀ ਰਹਿੰਦਾ ਨਾ, ਤਾਂ ਉਸ ਨਾਲ ਜੁੜੇ ਨਹੀਂ ਗੇ, ਕਿਉਂਕਿ ਜੁੜੇ ਨੂੰ ਹੀ ਪਤਾ ਲੱਗਦਾ ਉਹ ਕਿੱਡਾ ਸਮਰਥ ਹੈ, ਕਿੱਡਾ ਸ਼ਕਤੀਸ਼ਾਲੀ ਹੈ, ਕਿੱਡਾ ਬੇਪਰਵਾਹ ਪਾਤਸ਼ਾਹ ਦੇ ਨਾਲ ਮੇਰੀ ਇਹ ਪ੍ਰੀਤ ਬਣੀ ਹੈ, ਮੇਰੀ ਸਾਂਝ ਬਣੀ ਹੈ, ਉਹ ਮੇਰਾ ਰਖਵਾਲਾ ਹੈ। ਜੇ ਇਹ ਪ੍ਰੀਤ ਬਣੇ ਤਾਂ ਵਿਅਕਤੀ ਦੇ ਅੰਦਰ ਨਿਰਭੈਤਾ ਆ ਜਾਂਦੀ ਹੈ, ਜੇ ਡਰਦੇ ਹੀ ਪਏ ਹਾਂ ਹਰ ਸਮੇਂ, ਹਜੇ ਸਤਿਗੁਰੂ ਨਾਲ ਸਾਂਝ ਬਣੀ ਨਹੀਂ ਗੀ। ਬਾਹਰੋਂ ਭਾਵੇਂ ਜੁੜੇ ਹਾਂ, ਅੰਦਰ ਸਤਿਗੁਰੂ ਦੀ ਮੂਰਤ ਜਾਂ ਸਤਿਗੁਰੂ ਦੀ ਵਿਸ਼ਵਾਸ ਅਤੇ ਤਾਕਤ ਦਾ ਭਰੋਸਾ ਨਹੀਂ ਗਾ। ਗੁਰੂ ਅਮਰਦਾਸ ਪਾਤਸ਼ਾਹ ਨੇ ਇਹਦਾ ਪਰਿਚੇ ਦਿੱਤਾ, ਇਹ ਸਾਖੀਆਂ, ਇਹ ਇਤਿਹਾਸ। ਮੈਂ ਬੜੀ ਨਿਮਰਤਾ ਦੇ ਨਾਲ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇਸ ਗੱਲ ਨੂੰ ਕਹਿਣ ਦੀ ਜ਼ਰੂਰਤ ਕਰਦਾ ਪਿਆ। ਹੋ ਸਕਦਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹਨਾਂ ਕਥਾਵਾਂ ਦੇ ਵਿੱਚ ਕੁਛ ਕਲਪਨਾ ਦੀ ਉਡਾਰੀ ਵੀ ਮਾਰੀ ਹੋਵੇ। ਲਿਖਾਰੀ ਸੁਭਾਵਿਕ ਕਰਦੇ ਨੇ, ਕਵੀ ਕਰਦੇ ਨੇ, ਲੇਕਿਨ ਇਹਨਾਂ ਉਡਾਰੀਆਂ ਦੇ ਵਿੱਚ ਕਵੀ ਜੀ ਦਰਸਾਉਣਾ ਕੀ ਚਾਹੁੰਦੇ ਨੇ, ਸਿੱਖ ਨੂੰ ਸਿਖਾਉਣਾ ਕੀ ਚਾਹੁੰਦੇ ਨੇ? ਉਹ ਗੁਰੂ ਦੇ ਗੁਣਾਂ ਨੂੰ ਦੇਖੇ ਸੁਣੇ, ਉਹ ਗੁਰੂ ਦੀ ਸਮਰੱਥਾ ਨੂੰ ਪਹਿਚਾਨੇ, ਉਹ ਸਿੱਖੀ ਜੀਵਨ ਜਾਚ ਨੂੰ ਪਹਿਚਾਨੇ। ਇਹ ਮੁੱਖ ਮੰਤਵ ਹੈ
ਘਟਨਾ ਹੂ ਬਹੂ ਕਿੰਨੀ ਕੁ ਸੱਚੀ ਹੈ ਜਾਂ ਕਵੀ ਦੀ ਕਲਪਨਾ, ਇਹ ਇੱਕ ਵੱਖਰਾ ਵਿਸ਼ੇ ਹੈ। ਪਰ ਇਹ ਸੁਣ ਕੇ ਮਨ ਦੇ ਅੰਦਰ ਅਗਰ ਪਰਮਾਤਮਾ ਦੇ ਪ੍ਰਤੀ ਪ੍ਰੇਮ ਅਤੇ ਸਤਿਗੁਰੂ ਦੀ ਸਮਰੱਥਾ ਅਤੇ ਕਿਰਪਾ ਦੇ ਪ੍ਰਤੀ ਅੰਦਰ ਯਾਚਨਾ ਨਹੀਂ ਬਣੀ, ਜਗ੍ਹਾ ਨਹੀਂ ਬਣੀ, ਫਿਰ ਚਾਹੇ ਹੂ ਬਹੂ ਵੀ ਸੁਣਾਇਆ ਜਾਏ ਨਾ, ਉਹ ਵੀ ਕੰਮ ਨਹੀਂ ਕਰੇਗਾ, ਨਹੀਂ ਕਰੇਗਾ। ਗੁਰੂ ਅਮਰਦਾਸ ਪਾਤਸ਼ਾਹ ਉਸ ਨਿਰਭੈਤਾ ਦਾ ਪਰਿਚੇ ਦਿੰਦੇ ਹੋਏ ਕਹਿੰਦੇ ਨੇ, ਭਾਈ ਇਹ ਰੁਪਈਆ ਨਹੀਂ ਦੇਣਾ, ਹੋਰ ਲੰਗਰ ਰਸਤ ਦੀ ਜੋ ਜ਼ਰੂਰਤ ਹੈ ਦੇ ਦਿੰਦੇ ਹਾਂ। ਕਿਸ ਤਰ੍ਹਾਂ ਇਹ ਬੀਰਬਲ ਹੰਕਾਰ ਦਾ ਮਾਰਾ ਕਹਿੰਦਾ, ਹੁਣ ਤਾਂ ਇੱਕ ਮੰਗਦਾ ਨਾ, ਆ ਕੇ ਦੱਸ ਲਵਾਂਗਾ ਔਰ ਦੰਡ ਵੀ ਦੇਵਾਂਗਾ, ਫਿਰ ਤਾਂ ਦੇਣਗੇ ਨਾ। ਸਿੱਖ ਘਬਰਾ ਜਾਂਦੇ ਨੇ ਸੁਣ ਕੇ। ਆ ਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਨੂੰ ਅਰਜ਼ ਕਰਦੇ ਨੇ, ਪਾਤਸ਼ਾਹ ਉਹ ਬੜਾ ਹੰਕਾਰੀ ਅਤੇ ਕ੍ਰੋਧੀ ਹੈ, ਕਹਿੰਦਾ ਦੱਸ ਲਵਾਂਗਾ ਅਤੇ ਦੰਡ ਵੀ ਦੇਵਾਂਗਾ ਸੱਚੇ ਪਾਤਸ਼ਾਹ, ਚਿੰਤਾ ਹੋ ਰਹੀ ਹੈ। ਸਤਿਗੁਰਾਂ ਦੇ ਸੁਭਾਵਿਕ ਮੁੱਖ 'ਚੋਂ ਨਿਕਲਿਆ, ਕਹਿੰਦੇ ਜੇ ਆਏਗਾ ਤਾਂ ਲਏਗਾ ਨਾ, ਜੇ ਆਏਗਾ ਤਾਂ ਲਏਗਾ ਨਾ। ਇਸ ਤਰ੍ਹਾਂ ਹੀ ਹੋਇਆ। ਇਹ ਬੀਰਬਲ ਅਕਬਰ ਦੇ ਸੰਦੇਸ਼ ਨੂੰ ਪ੍ਰਾਪਤ ਕਰਕੇ ਆਪਣੀ ਸੈਨਾ ਨਾਲ ਬੜੀ ਛੇਤੀ ਇਸ ਅਫਗਾਨ ਦੇ ਮੁਹਿੰਮ ਵੱਲ ਜਾਂਦਾ, ਕੁਛ ਮੁਹਿੰਮਾਂ ਲੜਦਾ ਵੀ ਹੈ, ਬੜੀ ਬਰਫ਼ ਪੈਂਦੀ ਹੈ। ਇਤਿਹਾਸ ਦੱਸਦਾ ਇਹ ਸਾਰੀ ਸੈਨਾ ਸਮੇਤ ਉਸੇ ਬਰਫ਼ ਦੇ ਵਿੱਚ ਦੱਬ ਜਾਂਦਾ, ਉੱਤੋਂ ਬੜੀ ਬਰਸਾਤ ਹੋ ਜਾਂਦੀ ਹੈ। ਇਸ ਠੰਡ ਦੇ ਨਾਲ ਬੀਰਬਲ ਔਰ ਉਹਦੇ ਸਹਿਯੋਗੀ ਜੋ ਸੈਨਾ, ਇਤਿਹਾਸ ਨੇ ਬੜੀ ਵੱਡੀ ਗਿਣਤੀ ਲਿਖੀ ਹੈ, ਉਸੇ ਬਰਫ਼ ਦੇ ਵਿੱਚ ਦੱਬ ਕੇ ਉੱਥੇ ਹੀ ਮਰ ਜਾਂਦਾ, ਵਾਪਸ ਗੋਇੰਦਵਾਲ ਨਹੀਂ ਆਉਂਦਾ। ਸਾਹਿਬਾਂ ਨੇ ਉਸ ਭਵਿੱਖਤ ਵਾਕ ਕਹਿ ਲਵੋ ਜਾਂ ਭਵਿੱਖ ਦਾ ਦਰਸ਼ਨ ਕਹਿ ਲਵੋ ਜਾਂ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਜੋ ਨਿਕਲਿਆ ਹੋਇਆ ਸ਼ਬਦ ਹੈ, ਉਹ ਹੂ ਬਹੂ ਪੂਰਨ ਹੋਇਆ। ਇਸ ਤੋਂ ਅੱਗੇ ਜਿਹੜਾ ਪ੍ਰਸੰਗ ਚੱਲਦਾ ਉਹ ਵੀ ਗਿਆਨੀ ਜੀ ਨੇ ਇਸ਼ਾਰਾ ਕਰ ਦਿੱਤਾ ਸੀ, ਮੈਂ ਤਾਂ ਇਹਨੂੰ ਛੱਡ ਕੇ ਅੱਗੇ ਲੰਘ ਗਿਆ। ਅਗਲਾ ਜੋ ਅਧਿਆਇ ਆਉਂਦਾ ਅੰਮ੍ਰਿਤ ਵੇਲੇ ਦਾ ਸਮੇਂ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਸ ਅੰਮ੍ਰਿਤ ਵੇਲੇ ਨੂੰ ਸਫਲ ਕਰਦੇ ਹੋਏ ਉਸ ਸਿਮਰਨ 'ਚ ਜੁੜੇ ਨੇ। ਇੱਕ ਮਾਤਾ ਦੀ ਬੜੀ ਰੋਣ ਦੀ ਆਵਾਜ਼ ਆਉਂਦੀ ਹੈ, ਰੋਣਾ ਵੈਸੇ ਹੀ ਸੁਣ ਕੇ ਬੜਾ ਭਿਆਨਕ ਲੱਗਦਾ, ਪਰ ਸ਼ਾਂਤ ਸਮੇਂ ਦੇ ਵਿੱਚ ਰੋਣਾ ਹੋਰ ਦਿਲ ਨੂੰ ਜਿਹੜਾ ਨਾ ਉਹ ਦੁਖੀ ਕਰਦਾ। ਸਾਹਿਬਾਂ ਦੇ ਇਤਿਹਾਸ ਦੱਸਦਾ ਪੂਰੇ ਗੋਇੰਦਵਾਲ 'ਚ ਆਵਾਜ਼ ਆਉਂਦੀ ਹੈ ਰੋਣ ਦੀ, ਸਾਹਿਬਾਂ ਦੇ ਚੁਬਾਰੇ 'ਚ ਪਹੁੰਚਦੀ ਹੈ। ਸਾਹਿਬ ਸੁਣ ਕੇ ਆਪਣੇ ਸੇਵਕ ਬੱਲੂ ਨੂੰ ਕਹਿੰਦੇ ਨੇ, ਆਵਾਜ਼ ਕਿਸ ਤਰ੍ਹਾਂ ਦੀ ਹੈ, ਜਾ ਕੇ ਪਤਾ ਕੀਤਾ ਜਾਂਦਾ, ਆ ਕੇ ਦੱਸਦਾ ਸੱਚੇ ਪਾਤਸ਼ਾਹ ਮਾਈ ਹੈ, ਇਕਲੌਤਾ ਪੁੱਤਰ ਹੈ, ਤੇਈਆ ਤਾਪ ਚੜ੍ਹਨ ਦੇ ਨਾਲ ਪੁੱਤਰ ਚੜ੍ਹਾਈ ਕਰ ਗਿਆ, ਇੱਕੋ ਸਹਾਰਾ ਰੋਂਦੀ ਹੈ ਪਈ। ਇੱਥੇ ਬਹੁਤ ਕੁਛ ਮੈਂ ਆਪ ਨਾਲ ਸਾਂਝਾ ਕਰਨਾ ਸੀ, ਪਰ ਸੰਖੇਪ ਨਾਲ ਲੰਘ ਜਾਵਾਂ। ਸਤਿਗੁਰੂ ਕਹਿੰਦੇ ਨੇ ਉਹਨੂੰ ਆਖੋ ਰੋਵੇ ਨਾ, ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ। ਵਿਚਾਰ ਦੇ ਵਾਕ ਅਨੁਸਾਰ ਉਹ ਪਰਮਾਤਮਾ ਦੀ ਵਡਿਆਈ ਕਰਨ ਦਾ ਸਮੇਂ ਹੈ, ਦਿਨ ਚੜ੍ਹੇ ਪੁੱਤਰ ਨੂੰ ਜਿਉਂਦਾ ਕਰ ਦੇਵਾਂਗੇ। ਬੱਲੂ ਨੇ ਜਾ ਕੇ ਆਖਿਆ, ਦਿਨ ਚੜ੍ਹਿਆ, ਉਹ ਆਪਣੇ ਮ੍ਰਿਤ ਪੁੱਤਰ ਨੂੰ ਲੈ ਕੇ ਆਈ ਚੁੱਕ ਕੇ, ਸਾਹਿਬਾਂ ਨੇ ਕਿਰਪਾ ਕਰਕੇ ਉਹਨੂੰ ਜਿਉਂਦਾ ਕਰ ਦਿੱਤਾ। ਔਰ ਇਹ ਕਥਾ ਦਿਲ ਕਰਦਾ ਕਿਤੇ ਅੱਜ ਦਾ ਜੋ ਤਾਰਕਿਕ ਵਿਅਕਤੀ ਹੈ ਨਾ,
ਮੈਂ ਸਮਝਦਾ ਜੋ ਕਲਯੁਗ ਆ ਗਿਆ, ਕਲਯੁਗ ਆ ਗਿਆ, ਸਭ ਤੋਂ ਵੱਡਾ ਕੀ ਹੋਇਆ? ਸੇਈ ਚੰਦ ਚੜ੍ਹੈ ਸੇ ਤਾਰੇ, ਸੇਈ ਦਿਨੀਅਰ ਤਪਤ ਰਹਿ। ਪਾਤਸ਼ਾਹ ਦੀ ਗੁਰਬਾਣੀ ਕਹਿੰਦੀ, ਗੁਰੂ ਨਾਨਕ ਪਾਤਸ਼ਾਹ, ਉਹੀ ਚੰਦਰਮਾ, ਉਹੀ ਸੂਰਜ ਹੈ, ਉਹੀ ਤਾਰੇ ਨੇ, ਉਹੀ ਧਰਤੀ ਹੈ, ਉਹੀ ਮਨੁੱਖ ਨੇ। ਕਲਯੁਗ ਆ ਗਿਆ, ਕਲਯੁਗ ਆ ਗਿਆ, ਕੀ ਕਲਯੁਗ ਆ ਗਿਆ? ਕਲਯੁਗ ਇਹ ਆ ਗਿਆ ਸਾਧ ਸੰਗਤ ਜੀ, ਮਨੁੱਖ ਦੀ ਸਹਿਜਤਾ ਗਵਾਚ ਗਈ, ਮਨੁੱਖ ਦੇ ਹਿਰਦੇ ਦਾ ਬਾਲਕਪਨ ਗਵਾਚ ਗਿਆ, ਇਹ ਭੋਲਾ ਭਾਵ ਚਲਾ ਗਿਆ। ਇਸ ਸਹਿਜਤਾ ਦੇ ਜਾਣ ਨਾਲ ਹੋਇਆ ਕੀ? ਵਿਅਕਤੀ ਬਹੁਤ ਤਾਰਕਿਕ ਹੋ ਗਿਆ, ਬਹੁਤ ਅਹੰਕਾਰੀ ਹੋ ਗਿਆ, ਔਰ ਵਿਅਕਤੀ ਇਹ ਸੋਚਦਾ ਜੋ ਕੁਛ ਮੇਰੀ ਬੁੱਧੀ ਦੀ ਪਰਖ 'ਚੋਂ ਨਿਕਲੇਗਾ ਉਹ ਹੀ ਸੱਚਾਈ ਹੈ, ਜੋ ਕੁਛ ਮੈਂ ਦੇਖ ਸਕਦਾ, ਸੁਣ ਸਕਦਾ, ਅਨੁਭਵ ਕਰ ਸਕਦਾ ਉਹੀ ਠੀਕ ਹੈ ਔਰ ਸੱਚਾਈ ਹੈ। ਪਰ ਇਹ ਬਹੁਤ ਛੋਟੀ ਚੇਤਨਾ ਦੀ ਨਿਸ਼ਾਨੀ ਹੈ। ਤੇਰੀ ਸਮਰੱਥਾ ਹੀ ਕਿੰਨੀ ਕੁ ਹੈ ਬੁੱਧੀ ਦੀ? ਤੇਰੀ ਦੇਖਣ ਸੁਣਨ ਵਿਚਾਰਨ ਦੀ ਯੋਗਿਅਤਾ ਹੀ ਕਿੰਨੀ ਕੁ ਹੈ? ਉਹ ਪਰਮਾਤਮਾ ਅਪਰੰਪਾਰ ਹੈ। ਵਿਗਿਆਨੀ ਕਹਿੰਦੇ ਨੇ ਜਿੰਨਾ ਕੁ ਅੱਜ ਤੱਕ ਅਸੀਂ ਖੋਜ ਲਿਆ ਇਸ ਸ੍ਰਿਸ਼ਟੀ ਦਾ ਬਹੁਤ ਥੋੜ੍ਹਾ ਜਿਹਾ ਅੰਸ਼ ਹੈ, ਗਿਆਤ ਹਿੱਸਾ ਬਹੁਤ ਥੋੜ੍ਹਾ, ਅਗਿਆਤ ਹਿੱਸਾ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਸੂਖਸ਼ਮ ਜਗਤ ਬਹੁਤ ਵੱਡਾ ਜਗਤ ਹੈ, ਬਹੁਤ ਵੱਡਾ ਜਗਤ ਹੈ, ਧਿਆਨ ਹੀ ਨਹੀਂ ਸਾਡਾ ਜਾਂਦਾ, ਸੁਪਨੇ 'ਚ ਹੋ ਜਾਂਦੇ ਹੋ। ਜਦੋਂ ਸੁਪਨੇ 'ਚ ਚਲੇ ਜਾਂਦੇ ਹੋ ਉਦੋਂ ਹਾਥੀ, ਪਹਾੜ, ਰੱਥ, ਇਹ ਸਾਰਾ ਸੰਸਾਰ ਮਨ ਦੇ ਅੰਦਰ ਹੀ ਬਣਦਾ ਨਾ। ਅਤੇ ਜੇ ਕਲਪਨਾ ਕਰੀਏ, ਮਨ ਕੋਈ ਸਥੂਲ ਇੰਦਰੀ ਨਹੀਂ ਹੈ, ਜੇ ਵੇਖਿਆ ਵੀ ਜਾਵੇ ਥੋੜ੍ਹਾ ਜਿਹਾ ਹਿੱਸਾ, ਕਿੰਨਾ ਕੁ ਕੁਛ ਸਮਾ ਸਕਦਾ ਇਸ ਮਨ ਦੇ ਅੰਦਰ। ਪਰ ਕਲਪਨਾ ਕਰਕੇ ਮਨ ਬਹੁਤ ਕੁਛ ਵਿਚਾਰਾਂ ਦੇ ਨਾਲ ਬਣਾ ਲੈਂਦਾ। ਇਸੇ ਪ੍ਰਕਾਰ ਇਹ ਸੰਸਾਰ ਬਹੁਤ ਵੱਡਾ, ਸਾਡੀ ਕਲਪਨਾ ਤੋਂ ਪਰੇ ਹੈ। ਇਹ ਵਿਅਕਤੀ ਤਰਕ ਨਾ ਕਰੇ, ਇਸ ਤਰ੍ਹਾਂ ਨਹੀਂ ਹੋ ਸਕਦਾ, ਉਸ ਤਰ੍ਹਾਂ ਨਹੀਂ ਹੋ ਸਕਦਾ, ਇਹ ਪਰਮਾਤਮਾ ਸਤਿਗੁਰੂ ਦੀ ਅਨੰਤ ਸ਼ਕਤੀ ਔਰ ਸਮਰੱਥਾ, ਉਹ ਕੁਛ ਵੀ ਕਰ ਸਕਦੇ ਨੇ। ਸੱਚੇ ਪਾਤਸ਼ਾਹ ਨੂੰ ਜਦੋਂ ਪਤਾ ਲੱਗਦਾ ਇਹਦੀ ਮੌਤ ਤੇਈਆ ਤਾਪ ਨਾਲ ਹੋਈ ਹੈ, ਸਤਿਗੁਰੂ ਜੀ ਇਹਨੂੰ ਤੇਈਆ ਤਾਪ ਨੂੰ ਆਪਣੇ ਕੋਲ ਸੱਦਦੇ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਬਾਲਕ ਦੇ ਰੂਪ 'ਚ ਆਉਂਦਾ ਔਰ ਸੱਚੇ ਪਾਤਸ਼ਾਹ ਇਹਨੂੰ ਪਿੰਜਰੇ 'ਚ ਕੈਦ ਕਰ ਲੈਂਦੇ ਨੇ, ਸੰਗਲ ਮਾਰ ਦਿੰਦੇ ਨੇ, ਗਲੇ 'ਚ ਕੜਾ ਪਾ ਦਿੰਦੇ ਨੇ ਔਰ ਆਪਣੇ ਗੇਟ ਦੇ ਸਾਹਮਣੇ ਰੱਖ ਦਿੰਦੇ ਨੇ। ਕਈ ਦਿਨਾਂ ਦਾ ਭੁੱਖਾ ਪਿਆਸਾ ਇਹ ਕਮਜ਼ੋਰ ਹੁੰਦਾ, ਸਿੱਖ ਆਉਂਦੇ ਨੇ, ਭਾਈ ਲਾਲੋ ਅਰਜ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰੋ ਇਹਨੂੰ ਵੀ ਮੁਕਤ ਕਰ ਦਿਓ। ਸਾਹਿਬ ਕਹਿੰਦੇ ਨੇ ਆਪਣੇ ਨਾਲ ਲੈ ਜਾ ਔਰ ਇਹ ਦੁਬਾਰਾ ਵਾਪਸ ਨਾ ਗੋਇੰਦਵਾਲ ਵੱਲ ਆਵੇ। ਉਹ ਕਿਸ ਤਰ੍ਹਾਂ ਉਹਨੂੰ ਨਾਲ ਲੈ ਜਾਂਦੇ ਨੇ ਔਰ ਇਹ ਭਾਈ ਲਾਲੋ ਨੂੰ ਕਹਿੰਦਾ, ਮੈਂ ਬੜੇ ਦਿਨਾਂ ਦਾ ਭੁੱਖਾ ਪਿਆਸਾ, ਕਿਰਪਾ ਕਰੋ ਮੈਨੂੰ ਕੁਛ ਛਕਣ ਵਾਸਤੇ ਜਾਣ ਦਿਓ। ਇਹ ਕਹਿੰਦੇ ਨੇ ਨਗਰ ਨੇੜੇ ਹੀ ਆ ਡੱਲਾ ਪਿੰਡ, ਉੱਥੇ ਜਾ ਕੇ ਦਾਲ ਪ੍ਰਸ਼ਾਦਾ ਜਿੰਨਾ ਚਾਹੇਗਾ ਛਕ ਲਵੀ।
ਪਰ ਇਹ ਕਹਿੰਦਾ ਨਹੀਂ ਮੈਨੂੰ ਛੱਡ ਦਿਓ, ਮੈਂ ਆਪਣੀ ਮਰਜ਼ੀ ਨਾਲ ਛੱਕ ਕੇ ਆਵਾਂ। ਇਤਿਹਾਸ ਦੱਸਦਾ ਇੱਕ ਧੋਬੀ ਕੱਪੜੇ ਧੋਂਦਾ ਪਿਆ, ਇਹ ਉਹਦੇ ਅੰਦਰ ਪ੍ਰਵੇਸ਼ ਕਰਕੇ ਉਹਦਾ ਸਾਰਾ ਲਹੂ ਪੀ ਜਾਂਦਾ ਔਰ ਉਹ ਉੱਥੇ ਹੀ ਮਰ ਜਾਂਦਾ ਧੋਬੀ। ਵਾਪਸ ਆ ਕੇ ਜਦੋਂ ਭਾਈ ਲਾਲੋ ਅਤੇ ਹੋਰ ਸਿੱਖੇ ਦੇ ਵੱਲ ਵੇਖਦੇ ਨੇ ਔਰ ਮਨ 'ਚ ਪਸ਼ਚਾਤਾਪ ਕਰਦੇ ਨੇ, ਇਹਨੇ ਕੈਸੀ ਕਰਤੂਤ ਕੀਤੀ ਹੈ, ਦਇਆ ਕਰਕੇ ਅਸੀਂ ਛੁਡਾ ਕੇ ਲਿਆਏ ਹਾਂ, ਪਰ ਇਹਨੇ ਕੁਕਰਮ ਨਹੀਂ ਛੱਡੇ। ਉਹ ਕਹਿੰਦੇ ਤੈਨੂੰ ਵਾਪਸ ਅਸੀਂ ਗੋਇੰਦਵਾਲ ਗੁਰੂ ਅਮਰਦਾਸ ਪਾਤਸ਼ਾਹ ਕੋਲ ਛੱਡ ਕੇ ਆਵਾਂਗੇ। ਇਹ ਹੱਥ ਜੋੜਦਾ, ਕਹਿੰਦਾ ਅੱਗੇ ਤੋਂ ਮੈਂ ਇਸ ਤਰ੍ਹਾਂ ਨਹੀਂ ਕਰਦਾ, ਗੁਰੂ ਅਮਰਦਾਸ ਦਾ ਨਾਮ ਜਪਾਂਗਾ, ਕੁਕਰਮਾਂ ਨੂੰ ਛੱਡਾਂਗਾ, ਗੋਇੰਦਵਾਲ ਨਹੀਂ ਜਾਵਾਂਗਾ। ਇਸ ਪ੍ਰਕਾਰ ਇਹ ਉਹਨਾਂ ਅੱਗੇ ਬੇਨਤੀ ਕਰਦਾ, ਉਹ ਇਹਨੂੰ ਮੁਕਤ ਕਰ ਦਿੰਦੇ ਨੇ। ਹੁਣ ਅਗਲਾ ਜੋ ਪ੍ਰਸੰਗ ਆਪ ਜਿਸ ਤਰ੍ਹਾਂ ਗ੍ਰੰਥਾਕਾਰ ਬਿਆਨ ਕਰਨਗੇ, ਆਪ ਇਸ ਨੂੰ ਸਰਵਣ ਕਰੋ। ਇੱਕ ਦਿਨ ਪਾਰੋ ਨੇ ਕਰੀ ਗੁਰਿਆ ਗੈ ਅਰਦਾਸ। ਭਾਈ ਪਾਰੋ ਜੀ ਨੇ ਇੱਕ ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ। ਪ੍ਰਿਥਕ ਪ੍ਰਿਥਕ ਸਿੱਖ ਸੰਗਤਾਂ ਆਵਤ ਹੈ ਤੁਮ ਪਾਸ। ਕਹਿੰਦੇ ਨੇ ਸੱਚੇ ਪਾਤਸ਼ਾਹ ਆਪ ਦੇ ਦਰਸ਼ਨ ਕਰਨ ਵਾਸਤੇ ਪ੍ਰਿਥਕ ਪ੍ਰਿਥਕ ਭਾਵ ਅਲੱਗ ਅਲੱਗ ਸੰਗਤਾਂ ਵਾਰੋ ਵਾਰੀ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਨਹੀਂ ਪਰਸਪਰ ਮਿਲਵੋ ਹੋਏ। ਪਰਸਪਰ ਜਿਹੜਾ ਨਾ ਸੰਗਤਾਂ ਦਾ ਆਪਸ 'ਚ ਮੇਲ ਨਹੀਂ ਹੁੰਦਾ। ਕੋਈ ਪਰਿਵਾਰ ਅੱਜ ਦਰਸ਼ਨ ਕਰ ਗਿਆ, ਕੋਈ ਕੱਲ੍ਹ ਕਰ ਗਿਆ, ਕੋਈ ਪਰਸੋਂ ਕਰ ਗਿਆ। ਇਸ ਕਰਕੇ ਆਉਣਾ ਜਾਣਾ ਤਾਂ ਬਣਿਆ ਹੀ ਸੰਗਤਾਂ ਦਾ, ਪਰ ਸੰਗਤਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੁੰਦਾ ਹੈ। ਪਾਓ ਪ੍ਰੇਮ ਨ ਧਾਰ ਹੈ ਕੋ। ਜੇ ਆਪਸ ਦੇ ਵਿੱਚ ਸੰਗਤਾਂ ਮਿਲਣ ਜੁਲਣ ਗੀਆਂ ਤਾਂ ਹੀ ਉਹਨਾਂ ਦਾ ਆਪਸ ਦੇ ਵਿੱਚ ਪ੍ਰੇਮ ਬਣੇਗਾ ਨਾ। ਕਹਿ ਕੀ ਕਹਿ ਸੋ ਹੋਵੇ ਨਾ ਚਿਨਾਰੀ। ਕੋਈ ਕਿਸੇ ਨੂੰ ਜਾਣਦਾ ਹੀ ਨਹੀਂ ਗਾ ਇਹ ਸਿੱਖ ਕਿੱਥੋਂ ਦਾ ਹੈ, ਕਿਸ ਪਰਿਵਾਰ ਦਾ ਹੈ। ਮਿਲਣਗੇ, ਆਪਸ 'ਚ ਗੱਲਬਾਤ ਕਰਨਗੇ ਤਾਂ ਹੀ ਪਤਾ ਲੱਗੇਗਾ ਨਾ। ਦਰਸ ਜਾਏ ਘਰ ਵਾਰੋ ਵਾਰੀ। ਵਾਰੋ ਵਾਰੀ ਆਪਣੇ ਸਮੇਂ ਮੁਤਾਬਕ ਸਹੂਲਤ ਮੁਤਾਬਕ ਸਿੱਖ ਸੰਗਤਾਂ ਆਪ ਦੇ ਦਰਸ਼ਨ ਕਰ ਜਾਂਦੀਆਂ ਹਨ। ਆਪਸ ਮਹਿ ਜਬ ਪ੍ਰਾਪਤ ਮੇਲਾ। ਸੱਚੇ ਪਾਤਸ਼ਾਹ ਜਦੋਂ ਇਹਨਾਂ ਦਾ ਆਪਸ ਦੇ ਵਿੱਚ ਮੇਲਾ ਭਾਵ ਮੇਲ ਹੋਏਗਾ। ਭਾਉ ਭਗਤ ਬਹੁ ਵਧੈ ਸੁਹੇਲਾ। ਉਦੋਂ ਇਹਨਾਂ ਦੇ ਅੰਦਰ ਬੜਾ ਭਾਉ ਭਾਵ ਪ੍ਰੇਮ ਬਣੇਗਾ, ਪ੍ਰੀਤ ਬਣੇਗੀ। ਇਸ ਕਰਕੇ ਇਹ ਮਿਲਿਆ ਹੀ ਆਪਸ 'ਚ ਪ੍ਰੇਮ ਬਣਦਾ ਹੈ। ਕਰਬੇ ਉਚਿਤ ਹੋਏ ਅਸਬਾਤੀ। ਸੱਚੇ ਪਾਤਸ਼ਾਹ ਆਪ ਕੋਈ ਇਸ ਤਰ੍ਹਾਂ ਦਾ ਉਪਰਾਲਾ ਕਰੋ। ਆਵਹਿ ਸੰਗਤ ਔਰ ਹਰ ਖਾਤੀ। ਕਿ ਸੰਗਤ ਜਿਹੜੀ ਹੈ ਨਾ ਇਕੱਠੀ ਬੜੇ ਉਤਸ਼ਾਹ ਦੇ ਨਾਲ ਆਵੇ। ਇੱਕ ਦਿਵਸ ਮਹਿ ਮੇਲੋ ਹੋ। ਸੱਚੇ ਪਾਤਸ਼ਾਹ ਕਿਰਪਾ ਕਰੋ, ਕੋਈ ਇੱਕ ਦਿਨ ਦਾ ਜਿਹੜਾ ਮੇਲਾ ਹੈ ਨਾ ਉਹਨੂੰ ਨਿਸ਼ਚਿਤ ਕੀਤਾ ਜਾਵੇ। ਬਹੁ ਦੇਸਨਪੁਰ ਸੰਗਤ ਜੋ। ਜਿਹੜੀਆਂ ਸੰਗਤਾਂ ਦੇਸ਼ਾਂ ਤੋਂ ਅੱਡੋ ਅੱਡ ਆਉਂਦੀਆਂ ਹਨ ਦਰਸ਼ਨਾਂ ਵਾਸਤੇ। ਰਾਵਰ ਕੀ ਰਜਾਏ ਬਣ ਜਾ ਹੈ। ਜੇ ਆਪਦੀ ਰਜ਼ਾ ਬਣ ਜਾਵੇ, ਜੇ ਆਪਦਾ ਹੁਕਮ ਹੋ ਜਾਵੇ ਸੱਚੇ ਪਾਤਸ਼ਾਹ,
ਕੋਈ ਇੱਕ ਦਿਨ ਜਿਹੜਾ ਹੈ ਉਹ ਮੇਲੇ ਦਾ ਤੈਅ ਕੀਤਾ ਜਾਵੇ। ਦੂਰ ਦੂਰ ਕੇ ਸਿੱਖ ਮਿਲ ਲੈ ਹੈ। ਇਸ ਨਾਲ ਹੋਏਗਾ ਕਿ ਇੱਥੇ ਇੱਕ ਇਹ ਵੀ ਬੇਨਤੀ ਕਰਾਂ, ਇਸ ਇਤਿਹਾਸ ਨੂੰ ਪੜ੍ਹ ਕੇ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਵੇਲੇ ਕੋਈ ਇਸ ਤਰ੍ਹਾਂ ਦਾ ਮੇਲਾ ਨਿਸ਼ਚਿਤ ਨਹੀਂ ਸੀ। ਭਾਵ ਇਹ ਜਿਹੜੀ ਪ੍ਰਥਾ ਹੈ, ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਭਾਈ ਪਾਰੋ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ, ਜਿਹੜੀਆਂ ਦੇਸ਼ਾਂ ਦੀਆਂ ਦੂਰ ਦੂਰ ਦੀਆਂ ਸੰਗਤਾਂ ਨੇ ਜੇ ਇੱਕ ਦਿਨ ਇੱਕ ਜਗ੍ਹਾ ਇਕੱਠੀਆਂ ਹੋਣਗੀਆਂ, ਸਭ ਦੀ ਆਪਸ ਦੇ ਵਿੱਚ ਜਾਣ ਪਹਿਚਾਣ ਹੋ ਜਾਏਗੀ। ਸੁਣ ਸ੍ਰੀ ਅਮਰ ਸੋ ਭਏ ਪ੍ਰਸੰਨ। ਇਹ ਗੱਲ ਸੁਣ ਕੇ ਭਾਈ ਪਾਰੋ ਦੀ ਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋ ਜਾਂਦੇ ਨੇ। ਕਿਉਂ? ਕਿਉਂਕਿ ਕੋਈ ਸੇਵਕ ਸਿੱਖੀ ਨੂੰ ਵਧਾਉਣ ਵਾਸਤੇ, ਸਿੱਖ ਸੇਵਕਾਂ ਨੂੰ ਸੁੱਖ ਦੇਣ ਵਾਸਤੇ ਸਤਿਗੁਰਾਂ ਅੱਗੇ ਅਰਜ਼ ਕਰੇ ਤੇ ਸਤਿਗੁਰੂ ਜੀ ਕਿਉਂ ਨਹੀਂ ਪ੍ਰਸੰਨ ਹੋਣਗੇ? ਗ੍ਰੰਥਾਕਾਰ ਕਹਿੰਦੇ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋ ਗਏ। ਕਹਿਓ ਬਾਕ ਪਾਰੋ ਤੁਮ ਧਨ। ਸੱਚੇ ਪਾਤਸ਼ਾਹ ਕਹਿੰਦੇ ਨੇ, ਆ ਭਾਈ ਪਾਰੋ ਤੂੰ ਧਨ ਹੈ, ਪਰ ਉਪਕਾਰ ਵਿਚਾਰਨ ਕਰੈ। ਕਿਉਂਕਿ ਤੂੰ ਪਰ ਉਪਕਾਰ ਦੀ ਵਿਚਾਰ ਕੀਤੀ ਹੈ। ਇਹ ਬਹੁਤ ਥੋੜ੍ਹੇ ਜਿਹੇ ਹਿਰਦੇ ਨੇ ਜਿਹੜੇ ਦੂਸਰਿਆਂ ਨੂੰ ਸੁੱਖ ਦੇਣ ਵਾਸਤੇ, ਦੂਸਰਿਆਂ ਦੇ ਅੰਦਰ ਸਤਿਗੁਰੂ ਦਾ ਪ੍ਰੇਮ ਅਤੇ ਭਾਉ ਜਗਾਉਣ ਵਾਸਤੇ, ਸਤਿਗੁਰਾਂ ਨੂੰ ਸਭ ਨੂੰ ਸਤਿਗੁਰਾਂ ਦੇ ਨਾਲ ਜੋੜਨ ਵਾਸਤੇ, ਸਾਧ ਸੰਗਤ ਦਾ ਏਕਾ ਕਰਨ ਵਾਸਤੇ ਬਹੁਤ ਥੋੜ੍ਹੇ ਜਿਹੇ ਲੋਕ ਹੋਇਆ ਕਰਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਪਾਰੋ ਤੂੰ ਪਰ ਉਪਕਾਰ ਵਾਲੇ ਹਿਰਦੇ ਨਾਲ ਬੜਾ ਚੰਗਾ ਸੋਚਿਆ ਹੈ। ਸਿੱਖ ਅਨੇਕ ਮਿਲਹਿ ਨਿਸ ਤਰੈ। ਜੇ ਸਿੱਖ ਇਸ ਪ੍ਰਕਾਰ ਆਪਸ ਦੇ ਵਿੱਚ ਮਿਲਣਗੇ, ਉਹਨਾਂ ਦੀ ਕਲਿਆਣ ਹੋਏਗੀ। ਜੋ ਤੁਮ ਚਿਤ ਵੀ ਮਮ ਚਿਤ ਸੋਏ। ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਪਾਰੋ ਤੂੰ ਜੋ ਸੋਚਿਆ ਨਾ, ਇਹ ਮੇਰੇ ਵੀ ਮਨ 'ਚ ਸੀ ਕਈ ਦਿਨਾਂ ਤੋਂ। ਮੈਂ ਵੀ ਇਸ ਤਰ੍ਹਾਂ ਹੀ ਸੋਚਦਾ ਸਾਂ, ਸੰਗਤਾਂ ਅੱਡੋ ਅੱਡੀ ਆ ਕੇ ਦਰਸ਼ਨ ਮੇਲਾ ਕਰਦੀਆਂ ਨੇ, ਕੋਈ ਇੱਕ ਦਿਨ ਤੈਅ ਕੀਤਾ ਜਾਵੇ, ਮੈਂ ਵੀ ਇਹੀ ਸੋਚਦਾ ਸਾਂ ਪਿਆ। ਸਗਰੇ ਆਵੈ ਦਿਵਸ ਬਸੋ। ਕੋਈ ਇੱਕ ਦਿਨ ਤੈਅ ਕਰ ਦਿੱਤਾ ਜਾਵੇ ਜਿਸ ਦਿਨ ਸਾਰੀ ਸੰਗਤ ਇਕੱਠੀ ਹੋ ਜਾਵੇ। ਸਭ ਸਿੱਖਣ ਕੋ ਲਿਖੋ ਪਠਾਵਹੋ। ਸੱਚੇ ਪਾਤਸ਼ਾਹ ਭਾਈ ਪਾਰੋ ਜੀ ਨੂੰ ਹੁਕਮ ਦਿੰਦੇ ਨੇ, ਕਹਿੰਦੇ ਨੇ, ਭਾਈ ਚਿੱਠੀ ਪੱਤਰਿਕਾ ਲਿਖੋ ਸਾਰੀ ਸੰਗਤ ਦੇ ਨਿਮਿਤ। ਗੁਰਦਰਸ਼ਨ ਕੋ ਇਕੱਠੇ ਆਵਹੋ। ਸਾਰੇ ਜਿਹੜੇ ਨੇ ਇੱਕੋ ਦਿਨ ਇਕੱਠੇ ਹੋ ਕੇ ਦਰਸ਼ਨਾਂ ਦੇ ਵਾਸਤੇ ਆਓ। ਤਬ ਪਾਰੋ ਨੇ ਲਿਖ ਪਰਵਾਨੇ। ਭਾਈ ਪਾਰੋ ਜੀ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਚਿੱਠੀ ਲਿਖ ਦਿੱਤੀ। ਪਠੇ ਪੂਰਨ ਜਹ ਜਹ ਸਿੱਖ ਜਾਨੇ। ਜਿਹੜੇ ਜਿਹੜੇ ਸਿੱਖਾਂ ਦੇ ਘਰਾਂ ਦੇ ਵਿੱਚ ਉਹ ਚਿੱਠੀ ਪਹੁੰਚਦੀ ਹੈ। ਸੁਣਤ ਹੁਕਮ ਨਾਮਾ ਗੁਰ ਕੇਰਾ। ਪੜ੍ਹ ਕੇ ਸੁਣ ਕੇ ਬੜੇ ਪ੍ਰਸੰਨ ਹੁੰਦੇ ਨੇ, ਸਤਿਗੁਰਾਂ ਨੇ ਹੁਕਮ ਭੇਜਿਆ ਹੈ। ਸਿੱਖਣ ਕੇ ਚਿਤ ਚਾਓ ਘਨੇਰਾ। ਔਰ ਸਿੱਖਾਂ ਦੇ ਅੰਦਰ ਬੜਾ ਚਿਤ ਚਾਓ ਘਨੇਰਾ, ਭਾਵ ਬੜਾ ਅੰਦਰ ਚਾਹ ਉਤਸ਼ਾਹ ਪੈਦਾ ਹੋ ਗਿਆ। ਰਹੇ ਉਡੀਕਤ ਪੁੰਨ ਸਭ ਕੋਏ।
ਔਰ ਸਾਰੀ ਸੰਗਤ ਜਿਨ੍ਹਾਂ ਜਿਨ੍ਹਾਂ ਕੋਲ ਪੱਤਰਿਕਾ ਚਿੱਠੀ ਪਹੁੰਚੀ ਹੈ ਨਾ, ਉਹ ਹੁਣ ਬੜੀ ਬੇਸਬਰੀ ਦੇ ਨਾਲ ਉਸ ਦਿਨ ਦੀ ਉਡੀਕ ਕਰਦੇ ਹਨ ਪਏ। ਪਹੁੰਚਹਿ ਗੁਰ ਟਿਗ ਦਿਵਸ ਬਸੋਏ। ਉਹ ਦਿਨ ਜਿਹੜਾ ਉਹ ਕਦੋਂ ਆਵੇ, ਉਹ ਕਿਵੇਂ ਇਹ ਦਿਨਾਂ ਦਾ ਜਿਹੜਾ ਫਾਸਲਾ ਖਤਮ ਹੋਵੇ, ਉਹ ਜਾ ਕੇ ਸਾਧ ਸੰਗਤ ਦੇ ਰੂਪ ਚ ਇਕੱਠੇ ਹੋਈਏ। ਦਿਨ ਪ੍ਰਤ ਵਧਤ ਰਹਤ ਬੜ ਭਾਉ। ਕਹਿੰਦੇ ਨੇ ਸਾਡੇ ਵੱਡੇ ਭਾਗ ਨੇ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਗੁਰ ਦਰਸ਼ਨ ਕੋ ਚੌਗੁਣ ਚਾ। ਸਾਡੇ ਅੰਦਰ ਇਕੱਠੇ ਹੋ ਕੇ ਹੁਣ ਚੌਗਣਾ ਚਾਹ ਪੈਦਾ ਹੋ ਗਿਆ ਸਤਿਗੁਰਾਂ ਦੇ ਦਰਸ਼ਨਾਂ ਲਈ। ਗੋਇੰਦਵਾਲ ਵਿਸਾਲ ਸੁਪੀ। ਕਹਿੰਦੇ ਨੇ ਗੋਇੰਦਵਾਲ ਜਿਹੜਾ ਨਾ, ਉੱਥੇ ਬੜੀ ਭੀੜ ਹੋ ਗਈ ਹੈ, ਭਾਵੇ ਵਿਸਾਖੀ ਦਾ ਜਿਹੜਾ ਦਿਨ ਹੈ ਇਹ ਨਿਸ਼ਚਿਤ ਕੀਤਾ ਗਿਆ ਸੀ। ਦਰਸਹਿ ਵਾਰ ਨ ਪਾਵਹਿ ਤੀ। ਕਹਿੰਦੇ ਨੇ ਸੰਗਤ ਇੰਨੀ ਹੈ, ਸਾਰੀ ਦੇਸ਼ ਵਿਦੇਸ਼ ਤੋਂ ਇੰਨੀ ਸੰਗਤ ਆ ਗਈ ਗੋਇੰਦਵਾਲ ਸਾਹਿਬ, ਬੜੀ ਭੀੜ ਹੋ ਗਈ, ਚਾਰੇ ਪਾਸੇ ਜਿਹੜਾ ਹੈ ਉਹ ਸੰਗਤ ਦਾ ਇਕੱਠ ਬਣਿਆ ਹੋਇਆ ਹੈ। ਪਾਇਨ ਪਾਸ ਉਪਾਇਨ ਧਰ ਧਰ। ਕਹਿੰਦੇ ਨੇ ਵਾਰੋ ਵਾਰੀ ਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਕੋਲ ਆਪਣੀ ਜੋ ਭੇਟਾ ਹੈ ਉਹ ਰੱਖਦੀਆਂ ਹਨ। ਆਵਹਿ ਜਾਹੇ ਬੰਦਨਾ ਕਰ ਕਰ। ਔਰ ਆਉਂਦੇ ਨੇ ਭੇਟਾ ਰੱਖ ਕੇ ਬੜੀ ਸ਼ਰਧਾ ਸਤਿਕਾਰ ਨਾਲ ਸਤਿਗੁਰਾਂ ਨੂੰ ਵੰਦਨਾ ਕਰਦੀਆਂ ਹਨ। ਸਿੱਖ ਅਨੇਕ ਦੇਗ ਕੋ ਲਾਗੇ। ਬੜੇ ਸਿੱਖ ਜਿਹੜੇ ਨੇ ਨਾ ਉਹ ਇਸ ਦ੍ਰਿਸ਼ ਨੂੰ ਵੇਖਦੇ ਹਨ ਪਏ। ਕਰਹਿ ਪਾਕ ਸਿੱਧ ਔਰ ਅਨੁਰਾਗੇ। ਔਰ ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਦੇਗ ਭਾਵ ਲੰਗਰ ਦੀ ਸੇਵਾ ਵਾਸਤੇ ਲੱਗ ਗਏ ਨੇ। ਇਤਿਹਾਸਕਾਰ ਕਹਿੰਦੇ ਨੇ ਕੋਈ ਪ੍ਰਸ਼ਾਦਾ ਬਣਾਉਣ ਲੱਗ ਜਾਂਦਾ, ਕੋਈ ਛਕਾਉਣ ਲੱਗ ਜਾਂਦਾ, ਕੋਈ ਲੱਕੜਾਂ ਬਾਲਣ ਲੱਗ ਜਾਂਦਾ, ਭਾਵ ਜਿਸ ਤਰ੍ਹਾਂ ਦੀ ਕਿਸੇ ਨੂੰ ਸੇਵਾ ਮਿਲਦੀ ਹੈ ਇਹ ਸਾਰੀ ਜਿਹੜੀ ਸੰਗਤ ਹੈ ਅੱਡੋ ਅੱਡੀ ਲੰਗਰ ਦੀ ਸੇਵਾ ਕਰਨ ਲੱਗ ਜਾਂਦੀ ਹੈ। ਕੇਤਕ ਨੀਰ ਆਨਬੋ ਕਰਹੀ। ਕੋਈ ਸੰਗਤਾਂ ਦੇ ਵਾਸਤੇ ਜਲ ਲਿਆਉਣ ਲੱਗ ਪੈਂਦਾ ਹੈ। ਸੰਗਤ ਕੋ ਸੇਵਹਿ ਹਿਤ ਧਰਹੀ। ਇਹ ਸਾਰਾ ਕੁਛ ਕਰਦੇ ਕਿਉਂ ਪਏ ਨੇ, ਕੋਈ ਆਪਣਾ ਨਿੱਜੀ ਸਵਾਰਥ ਨਹੀਂ। ਗ੍ਰੰਥਾਕਾਰ ਕਹਿੰਦੇ ਨੇ ਸੰਗਤ ਕੋ ਹਿਤ ਧਰਹੀ, ਹਿਰਦੇ ਦੇ ਵਿੱਚ ਕੀ ਭਾਵ ਹੈ ਵੀ ਸੰਗਤ ਵਾਸਤੇ ਕਰਦੇ ਹਾਂ, ਸੰਗਤ ਨੂੰ ਸੁੱਖ ਮਿਲੇਗਾ, ਇਸ ਕਰਕੇ ਹਰ ਸੇਵਾ ਨੂੰ ਕਰਦੇ ਨੇ ਪਏ। ਰਾਮਦਾਸ ਕੋ ਚਿਰ ਬਹੁ ਹੋਵਾ। ਇਸ ਤਰ੍ਹਾਂ ਸਾਰੀ ਸੰਗਤ ਬੜੇ ਉਤਸ਼ਾਹ ਦੇ ਨਾਲ ਜਦੋਂ ਸੇਵਾ ਕਰਦੀ ਹੈ ਨਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੁੰਦੇ ਨੇ ਵੇਖ ਕੇ ਸੰਗਤਾਂ ਦੇ ਉਤਸ਼ਾਹ ਨੂੰ, ਸੰਗਤ ਦੇ ਪ੍ਰਤੀ ਪ੍ਰੇਮ ਨੂੰ, ਸੰਗਤ ਦੇ ਪ੍ਰਤੀ ਹਿੱਤ ਭਾਵਨਾ ਨੂੰ ਵੇਖਦਿਆਂ ਹੋਇਆਂ ਗੁਰੂ ਅਮਰਦਾਸ ਬੜੇ ਪ੍ਰਸੰਨ ਹੁੰਦੇ ਨੇ। ਸਾਰੇ ਸਿੱਖ ਜਿਹੜੇ ਨੇ ਆਪੋ ਆਪਣੀ ਸੇਵਾ 'ਚ ਲੱਗੇ ਨੇ। ਸੱਚੇ ਪਾਤਸ਼ਾਹ ਆਪਣੇ ਨਿੱਜੀ ਸੇਵਕਾਂ ਨੂੰ ਪੁੱਛਦੇ ਨੇ, ਭਾਈ ਗੁਰੂ ਰਾਮਦਾਸ ਕਿੱਥੇ ਹਨ? ਕਹਾਂ ਗਯੋ ਹਮ ਨਿਕਟ ਨ ਜੋਵਾ। ਕਹਿੰਦੇ ਨੇ ਬੜਾ ਸਮਾਂ ਹੋ ਗਿਆ ਏ, ਆਪਣੇ ਕੋਲ ਨਹੀਂ ਮੈਂ ਉਹਨਾਂ ਨੂੰ ਵੇਖਿਆ। ਸੇਵਕ ਬੱਲੂ ਕਹਿਓ ਸੁਨਾ। ਭਾਈ ਬੱਲੂ ਜੀ ਜੋ ਨਿੱਜੀ ਸੇਵਕ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ, ਗ੍ਰੰਥਾਕਾਰ ਦੱਸਦੇ ਨੇ ਪਏ
ਇਸ ਗੁਰਿਆਈ ਦੀ ਯੋਗਤਾ, ਇਸ ਅਧਿਕਾਰਤਾ ਅਤੇ ਸੇਵਾ ਕਿਸ ਤਰ੍ਹਾਂ ਹੁੰਦੀ ਹੈ ਅਤੇ ਇਹ ਘਾਲਣਾ ਕਿਸ ਤਰ੍ਹਾਂ ਗੁਰੂ ਸਾਹਿਬਾਂ ਨੇ ਕਰਕੇ ਆਪਣੇ ਜੀਵਨ ਦੁਆਰਾ ਦਿਖਾਇਆ ਸਿੱਖ ਨੂੰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਭਾਈ ਬੱਲੂ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਸੰਗਤ ਕੀ ਬਹੁ ਸੇਵ ਕਮਾਏ। ਆਪਦੇ ਕੋਲ ਕੀ ਆਉਣਾ, ਉਹਨਾਂ ਕੋਲ ਸਮੇਂ ਕਿੱਥੇ ਹੈ। ਗੁਰੂ ਰਾਮਦਾਸ ਸੰਗਤ ਦੀ ਸੇਵਾ ਕਰਦੇ ਹਨ ਪਏ। ਦੇਗ ਤਿਆਰ ਕਰ ਦੇਹ ਆਹਾਰਾ, ਉਧਰੋਂ ਦੇਗ ਭਾਵ ਲੰਗਰ ਤਿਆਰ ਕਰਦੇ ਨੇ ਪਏ। ਪੰਕਤ ਕੋ ਬਿਠਾਏ ਕਸਾਰਾ, ਸਾਰੀਆਂ ਸੰਗਤਾਂ ਨੂੰ ਇੱਕ ਸਾਰ ਪੰਗਤਾਂ ਦੇ ਵਿੱਚ ਬਿਠਾ ਕੇ ਆਪ ਛਕਾਉਂਦੇ ਹਨ ਪਏ। ਸ਼ੀਤਲ ਜਲ ਕੋ ਭਰ ਭਰ ਲਿਆਵੇ, ਔਰ ਬੜਾ ਠੰਡਾ ਤੇ ਮਿੱਠਾ ਜਲ ਸੰਗਤ ਦੇ ਵਾਸਤੇ ਭਰ ਭਰ ਕੇ ਲਿਆਉਂਦੇ ਹਨ। ਭੂਜ ਭੂਜ ਸੰਗਤ ਕੋ ਪਿਆਵੇ, ਔਰ ਪੁੱਛ ਪੁੱਛ ਕੇ ਸੱਚੇ ਪਾਤਸ਼ਾਹ ਕੱਲੇ ਕੱਲੇ ਨੂੰ ਪੁੱਛਦੇ ਨੇ, ਭਾਈ ਗੁਰਮੁਖਾ ਜਲ ਛਕੇਗਾ, ਜਲ ਛਕੇਗਾ, ਪੁੱਛ ਪੁੱਛ ਕੇ ਸਭ ਨੂੰ ਜਲ ਛਕਾਉਂਦੇ ਹਨ ਪਏ। ਸੁਧਾ ਪਿਪਾਸਾ ਸਭ ਕੀ ਹਰੈ, ਸਭ ਦੀ ਸੁਧਾ ਭਾਵ ਭੁੱਖ, ਪਿਪਾਸਾ ਭਾਵ ਪਿਆਸ, ਇਹ ਸੇਵਾ ਅੰਦਰ ਪ੍ਰੇਮ ਹੋਵੇ ਨਾ ਤਾਂ ਫੇਰ ਹੀ ਹੋ ਸਕਦੀ ਹੈ। ਘੰਟਾ ਦੋ ਘੰਟਾ ਦਿਨ ਚਾਰ ਮਹੀਨਾ ਮਨ ਮਾਰ ਕੇ ਸਾਰੇ ਹੀ ਕਰ ਲੈਂਦੇ ਹਾਂ, ਪਰ ਲਗਾਤਾਰ ਕਰਨੀ, ਇਹ ਪ੍ਰੇਮ ਤੋਂ ਬਿਨਾਂ ਨਹੀਂ ਹੋ ਸਕਦਾ, ਸਮਰਪਣ ਤੋਂ ਬਿਨਾਂ ਨਹੀਂ ਹੋ ਸਕਦਾ। ਔਰ ਗ੍ਰੰਥਾਕਾਰ ਜਿਹੜਾ ਇਸ਼ਾਰਾ ਕਰਦੇ ਨੇ ਪਏ, ਇਕੱਲੇ ਇਕੱਲੇ ਨੂੰ ਪੁੱਛਣਾ, ਸਭ ਦੀ ਭੁੱਖ ਪਿਆਸ ਦੀ ਚਿੰਤਾ ਕਰਨਾ, ਇਹ ਅੰਦਰ ਪਿਆਰ ਹੋਵੇ ਫੇਰ ਹੀ ਹੈ। ਮਾਂ ਬਾਰ ਬਾਰ ਆਪਣੇ ਪੁੱਤ ਨੂੰ ਪੁੱਛਦੀ ਹੈ, ਭੁੱਖ ਤਾਂ ਨਹੀਂ ਲੱਗੀ, ਖਾਏਗਾ ਪੀਏਗਾ, ਇਹ ਪ੍ਰੇਮ ਦਰਸਾਉਂਦਾ। ਇਸੇ ਪ੍ਰਕਾਰ ਭਾਈ ਬੱਲੂ ਕਹਿੰਦੇ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਇਹ ਗੁਰੂ ਰਾਮਦਾਸ ਜੀ ਇਕੱਲੇ ਇਕੱਲੇ ਨੂੰ ਪੁੱਛ ਪੁੱਛ ਕੇ ਉਹਦੀ ਭੁੱਖ ਤੇ ਪਿਆਸ ਦੇ ਅਨੁਸਾਰ ਜਲ ਪ੍ਰਸ਼ਾਦਾ ਛਕਾਉਂਦੇ ਹਨ ਪਏ। ਬਾਸ਼ਤ ਸਿੱਖਣ ਦੇਵੋ ਕਰੇ, ਜੋ ਕਿਸੇ ਦੀ ਇੱਛਾ, ਆਪਣੇ ਇੱਛਾ ਜੋ ਜ਼ਾਹਰ ਕਰਦਾ ਸੱਚੇ ਪਾਤਸ਼ਾਹ, ਉਹ ਸਮੱਗਰੀ ਉਹਨੂੰ ਦਿੰਦੇ ਹਨ। ਕਰ ਮਹਿੰਗਾ ਹੈ ਬੀਜਣਾ ਫੇਰ, ਔਰ ਜਦੋਂ ਇਹ ਲੰਗਰ ਪਾਣੀ ਤੋਂ ਵਿਹਲੇ ਹੋ ਜਾਂਦੇ ਨੇ, ਉੱਧਰ ਕੋਈ ਸੇਵਾ ਨਹੀਂ ਲੱਭਦੀ, ਤੇ ਫਿਰ ਹੱਥ ਦੇ ਵਿੱਚ ਪੱਖਾ ਲੈ ਕੇ, ਵਾਯੂ ਕਰਤ ਊਸ਼ਣ ਬਹੁ ਹੈ, ਗਰਮੀ ਨਾ ਸੰਗਤ ਨੂੰ ਲੱਗੇ, ਇਸ ਕਰਕੇ ਗੁਰੂ ਰਾਮਦਾਸ ਪੱਖਾ ਚੱਲਣ ਲੱਗ ਜਾਂਦੇ ਨੇ। ਭਾਵ ਇਹ ਨਹੀਂ ਵੀ ਜਿਹੜਾ ਕੰਮ ਮੈਨੂੰ ਮਿਲਿਆ ਤੇ ਉਹ ਹੋ ਗਿਆ ਤੇ ਬਸ ਮੇਰੀ ਸੇਵਾ ਖਤਮ, ਇਹ ਸਿੱਖ ਦਾ ਕੰਮ ਨਹੀਂ। ਸੰਗਤ 'ਚ ਆ ਕੇ ਜ਼ਰੂਰਤ ਵੇਖੀਏ, ਆਪਣਾ ਕੰਮ ਪੂਰਾ ਹੋ ਗਿਆ, ਹੁਣ ਦੂਸਰੇ ਕੰਮ 'ਚ ਸਹਿਯੋਗ ਕਰੀਏ, ਜਾਂ ਜਿੱਥੇ ਕਿਸੇ ਦਾ ਧਿਆਨ ਨਹੀਂ ਜਾਂਦਾ ਉਸ ਕੰਮ ਨੂੰ ਕਰਨਾ, ਕਹਿ ਕੇ ਵੇਖ ਕੇ ਅੱਬਲ ਤਾਂ ਕਰਦੇ ਨਹੀਂ, ਕਹਿ ਵੇਖ ਕੇ ਬਹੁਤ ਥੋੜ੍ਹੇ ਲੋਕ ਕਰਦੇ ਨੇ, ਪਰ ਉਹ ਹੋਰ ਥੋੜ੍ਹੇ ਲੋਕਾਂ 'ਚ ਆ ਜਾਂਦੇ ਨੇ ਜਿਹੜੇ ਸੰਗਤ ਦੀ ਜ਼ਰੂਰਤ ਨੂੰ ਮਹਿਸੂਸ ਕਰਕੇ ਬਿਨਾਂ ਆਖਿਆਂ ਵੇਖਿਆਂ ਕਰਨ ਲੱਗ ਜਾਂਦੇ ਨੇ। ਇਹ ਉਦੋਂ ਹੀ ਹੁੰਦਾ ਜੇ ਸਤਿਗੁਰੂ ਪ੍ਰਤੀ ਸ਼ਰਧਾ ਅਤੇ ਸਾਧ ਸੰਗਤ ਨਾਲ ਪ੍ਰੇਮ ਹੋਵੇ। ਭਾਈ ਬੱਲੂ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਦੇਗ ਲੰਗਰ ਵੱਲੋਂ ਵਿਹਲੇ ਹੋ ਕੇ
ਪੱਖਾ ਲੈ ਕੇ ਸਾਧ ਸੰਗਤ ਨੂੰ ਹਵਾ ਕਰਨ ਲੱਗ ਜਾਂਦੇ ਹਨ। ਸਭ ਸੰਗਤ ਕੋ ਖੁਸ਼ੀ ਕਰਨ ਤਾ, ਸਾਰੀ ਸੰਗਤ ਜਿਹੜੀ ਹੈ ਨਾ ਉਹਨਾਂ ਨੂੰ ਕਿਸ ਤਰ੍ਹਾਂ ਖੁਸ਼ੀ ਮਿਲੇ, ਕਿਸ ਤਰ੍ਹਾਂ ਸੰਗਤ ਨੂੰ ਆਨੰਦ ਮਿਲੇ, ਕਿਸ ਤਰ੍ਹਾਂ ਸੰਗਤ ਨੂੰ ਕੋਈ ਤਕਲੀਫ ਨਾ ਆਵੇ, ਇਸ ਗੱਲ ਨੂੰ ਧਿਆਨ ਰੱਖ ਕੇ ਗੁਰੂ ਰਾਮਦਾਸ ਨਿਰੰਤਰ ਸੇਵਾ ਕਰਦੇ ਰਹਿੰਦੇ ਹਨ। ਇਤ ਉਤ ਫਿਰ ਕੈ ਸੇਵ ਬੁਝੰਤਾ, ਔਰ ਖੜ ਨਹੀਂ ਜਾਂਦੇ ਇੱਧਰ ਉੱਧਰ ਸਾਰੇ ਪੰਡਾਲ 'ਚ, ਸਾਰੇ ਗੋਇੰਦਵਾਲ ਦੇ ਜਿਹੜਾ ਉਹ ਸਤਸੰਗ ਭਵਨ ਬਣਿਆ ਹੋਏਗਾ ਜਾਂ ਜਿੱਥੇ ਇਹ ਇਕੱਤਰਤਾ ਹੁੰਦੀ ਹੋਏਗੀ, ਫਿਰ ਫਿਰ ਕੇ ਕੋਈ ਇੱਕ ਪਾਸੇ ਖੜਾ, ਕੋਈ ਕਿਤੇ ਖੜਾ, ਉਹਨੂੰ ਜਾ ਜਾ ਕੇ ਪੁੱਛਦੇ ਨੇ ਭਾਈ ਪ੍ਰਸ਼ਾਦਾ ਛਕਿਆ, ਭਾਈ ਹੋਰ ਕਿਸੇ ਚੀਜ਼ ਦੀ ਲੋੜ ਹੈ। ਇਕੱਲੇ ਇਕੱਲੇ ਸਿੱਖ ਨੂੰ ਜਾ ਕੇ ਜਿੱਥੇ ਜਿੱਥੇ ਨਜ਼ਰ ਜਾਂਦੀ ਹੈ ਗੁਰੂ ਰਾਮਦਾਸ ਪਾਤਸ਼ਾਹ ਸੇਵਾ ਕਰਦੇ ਹਨ ਪਏ। ਜਾਂ ਤੇ ਨਹਿ ਆਵਣ ਤੇ ਸਕੇਰਾ, ਜਿਹੜਾ ਇਹਨਾਂ ਦੇ ਕੋਲ ਇਸ ਕਰਕੇ ਸੱਚੇ ਪਾਤਸ਼ਾਹ ਉਹ ਆਪ ਦੇ ਕੋਲ ਜਿਹੜਾ ਉਹ ਨਹੀਂ ਆ ਸਕਦੇ, ਕਿਉਂਕਿ ਇਹ ਬੜੀ ਇਮਾਨਦਾਰੀ, ਬੜਾ ਪ੍ਰੇਮ ਹੈ। ਇਹ ਕੋਈ ਕਿਸੇ ਨੂੰ ਦਿਖਾਉਣ ਵਾਸਤੇ, ਕੋਈ ਸੋਭਾ ਸਿਫਤ ਵਾਸਤੇ ਨਹੀਂ ਸੇਵਾ ਹੋ ਰਹੀ ਕਿ ਮੈਨੂੰ ਕੋਈ ਵੇਖ ਲਵੇ ਜਾਂ ਮੇਰੀ ਕੋਈ ਸਿਫਤ ਕਰੇ ਜਾਂ ਕੋਈ ਵਾਹ ਵਾਹ ਕਰੇ, ਨਹੀਂ ਨਹੀਂ, ਇਹ ਪਿਆਰ ਹੈ, ਸਾਧ ਸੰਗਤ ਦੇ ਪ੍ਰਤੀ ਪਿਆਰ ਹੈ। ਇਸ ਕਰਕੇ ਭਾਈ ਬੱਲੂ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਉਹ ਤੇ ਸੇਵਾ 'ਚ ਹੀ ਰੁੱਝੇ ਰਹਿੰਦੇ ਨੇ, ਆਪ ਦੇ ਕੋਲ ਉਹ ਕਿਸ ਸਮੇਂ ਆ ਕੇ ਬੈਠਣ। ਰਹਿਓ ਰੁਕਿਓ ਜਹਿ ਕਾਜ ਬਢੇਰਾ, ਜਿਹੜਾ ਵੀ ਕੋਈ ਕੰਮ ਰੁਕ ਜਾਂਦਾ ਅੱਗੇ ਹੋ ਕੇ ਆਪ ਕਰਦੇ ਹਨ। ਸੁਣ ਸ੍ਰੀ ਸਤਿਗੁਰ ਅਮਰ ਪ੍ਰਸੰਨ, ਭਾਈ ਬੱਲੂ ਜੀ ਦੀ ਇਹ ਕਾਰ ਵਿਹਾਰ ਗੁਰੂ ਰਾਮਦਾਸ ਪਾਤਸ਼ਾਹ ਦਾ ਸੇਵਾ ਭਾਵ ਸੁਣ ਕੇ ਬੜੇ ਪ੍ਰਸੰਨ ਹੁੰਦੇ ਹਨ। ਕਹਿਓ ਕਿ ਰਾਮਦਾਸ ਹੈ ਧੰਨ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਇਹ ਭਾਈ ਬੱਲੂ ਇਹ ਗੁਰੂ ਰਾਮਦਾਸ ਜਿਹੜੇ ਨੇ ਇਹ ਧੰਨ ਹਨ। ਜਿਨ ਸੰਗਤ ਕੀ ਸੇਵਾ ਕਰੀ, ਜਿਨ੍ਹਾਂ ਨੇ ਸੰਗਤ ਦੀ ਸੇਵਾ ਕੀਤੀ ਹੈ, ਕਿਉਂਕਿ ਸੇਵਾ ਬੜਾ ਮਹਾਨ ਗੁਣ ਹੈ ਸਾਧ ਸੰਗਤ 'ਚ। ਗਿਆਨ ਪ੍ਰਾਪਤ ਕਰ ਲੈਣਾ, ਪੜ੍ਹ ਲੈਣਾ, ਕੋਈ ਕਲਾ ਸਿੱਖ ਲੈਣੀ, ਸੰਗੀਤ ਸਿੱਖ ਲੈਣਾ, ਕਥਾ ਕਰ ਲੈਣੀ ਜਾਂ ਹੋਰ ਕਿਸੇ ਪ੍ਰਕਾਰ ਦੀ ਦੁਨਿਆਵੀ ਵਿੱਦਿਆ ਪ੍ਰਾਪਤ ਕਰ ਲੈਣੀ, ਇਹ ਵਿਅਕਤੀ ਦੀ ਬੌਧਿਕ ਸ਼ਮਤਾ ਹੈ, ਇਹ ਵਿਅਕਤੀ ਦਾ ਅਭਿਆਸ ਹੈ, ਇਹ ਹਰ ਕਰ ਸਕਦਾ ਜੇ ਚਾਹਵੇ ਤੇ। ਪਰ ਸ਼ੁਭ ਗੁਣ ਅੰਦਰ ਜਿਹੜੇ ਨੇ ਉਹ ਸੇਵਾ ਨਾਲ ਆਉਂਦੇ ਨੇ। ਨਿਮਰਤਾ, ਨਿਰ ਅਭਿਮਾਨਤਾ, ਗਰੀਬੀ, ਹਲੀਮੀ, ਸਭ ਦੇ ਪ੍ਰਤੀ ਸਹਿਜ ਭਾਵ, ਕਿਸੇ ਦਾ ਦੁੱਖ ਨਾ ਵੇਖ ਸਕਣਾ, ਸਭ ਦੀ ਸਹਾਇਤਾ ਕਰਨ ਲਈ ਉਤਸ਼ਾਹ, ਇਹ ਜੋ ਗੁਣ ਨੇ ਨਾ ਇਹ ਸੇਵਾ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਭਾਈ ਮਨੀ ਸਿੰਘ ਨੂੰ ਸੇਵਾ 'ਤੇ ਲਾਇਆ, ਭਾਂਡਿਆਂ 'ਤੇ। ਇਹ ਸੇਵਾ ਮਨ ਨੂੰ ਰਗੜ ਦਿੰਦੀ ਹੈ, ਰਗੜ ਦਿੰਦੀ ਹੈ। ਜਿਸ ਤਰ੍ਹਾਂ ਕਿਸੇ ਚੀਜ਼ ਦੇ ਘਰਸ਼ਣ ਦੇ ਨਾਲ ਉਹਦੀ ਮੈਲ ਉਤਰ ਜਾਂਦੀ ਹੈ ਨਾ, ਇਹ ਸੇਵਾ ਦਾ ਇੱਕ ਇੱਕ ਕਦਮ ਮਨ ਦੀ ਰਗੜ ਹੈ, ਜਿਹਦੇ ਅੰਦਰ ਹੰਕਾਰ ਹੈ, ਜਿਹੜਾ ਆਪਣੇ ਆਪ ਨੂੰ ਬੜਾ ਗੁਣੀ ਸਮਝਦਾ,
ਆਪਣੇ ਆਪ ਨੂੰ ਬੜਾ ਵੱਡਾ ਅਤੇ ਸ੍ਰੇਸ਼ਟ ਸਮਝਦਾ, ਉਹ ਸੇਵਾ ਕਿਸ ਤਰ੍ਹਾਂ ਕਰ ਸਕਦਾ? ਬ੍ਰਹਮ ਗਿਆਨੀ ਸੰਤ ਜਗਤ ਸਿੰਘ ਜੀ ਮਹਾਰਾਜ, ਮੇਰੇ ਪਿਤਾ ਬਹੁਤ ਵਾਰ ਦੱਸਿਆ ਕਰਦੇ ਨੇ, ਉਹਨਾਂ ਨੇ ਆਖਣਾ ਜੁਰਾਬ ਨਹੀਂ ਪਹਿਨਣੀ ਆ, ਘੜੀ ਨਹੀਂ ਪਾਉਣੀ। ਜੇ ਪੁੱਛਣਾ ਬਾਪੂ ਜੀ ਕਿਉਂ, ਆਖਣਾ ਸੇਵਾ ਦਾ ਮੌਕਾ ਹੋਵੇ ਤੂੰ ਘੜੀ ਵੱਲ ਹੀ ਵਹਿੰਦਾ ਰਵੇਂ, ਜੁਰਾਬਾਂ ਹੀ ਨਾ ਗੰਦੀਆਂ ਹੋ ਜਾਣ, ਇਸੇ ਪਾਸੇ ਹੀ ਤੇਰਾ ਫਿਕਰ ਲੱਗ ਜਾਵੇ, ਕਿਤੇ ਮਨ 'ਚ ਦੁਚਿੱਤੀ ਨਾ ਪੈਦਾ ਹੋ ਜਾਵੇ, ਅਤੇ ਸੇਵਾ ਦਾ ਮਹਾਨ ਅਵਸਰ ਤੇਰੇ ਕੋਲੋਂ ਲੰਘ ਜਾਵੇ। ਸੇਵਾ ਤੋਂ ਬਿਨਾਂ ਇਹ ਵਡਿਆਈ, ਇਹ ਮਹਾਨਤਾ ਅੰਦਰ ਪ੍ਰਾਪਤ ਨਹੀਂ ਹੁੰਦੀ। ਕਮਰੇ 'ਚ ਬੰਦ ਬੈਠ ਕੇ ਸਿਮਰਨ ਦੀ ਆਪਣੀ ਸਮਰੱਥਾ ਤਾਕਤ ਹੈ, ਪਰ ਸੱਚ ਜਾਣਨਾ ਜਿੰਨਾ ਚਿਰ ਇਹ ਸੇਵਾ ਦੇ ਵਿੱਚੋਂ ਨਹੀਂ ਲੰਘਦਾ ਨਾ, ਇਹ ਸਿਮਰਨ ਦਾ ਰਸ ਵੀ ਉਨਾ ਨਹੀਂ ਆਉਂਦਾ, ਨਹੀਂ ਆਉਂਦਾ। ਆਪ ਪ੍ਰਾਚੀਨ ਇਤਿਹਾਸ ਵੱਲ ਜੇ ਝਾਤੀ ਮਾਰੀਏ ਜਾਂ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਲੈ ਲਈਏ, ਜਦੋਂ ਵੀ ਇਸ ਗੁਰਿਆਈ ਦੀ ਯੋਗਤਾ 'ਤੇ ਨਜ਼ਰ ਪਈ ਹੈ ਨਾ, ਇਹ ਨਹੀਂ ਵੇਖਿਆ ਕੋਈ ਕਿੰਨਾ ਗਿਆਨੀ ਹੈ, ਕੋਈ ਕਿੰਨਾ ਵਧੀਆ ਕੀਰਤਨੀ ਹੈ, ਕੋਈ ਕਿੰਨਾ ਵਧੀਆ ਪ੍ਰਬੰਧਕ ਹੈ, ਇਹ ਨਹੀਂ ਦੇਖਿਆ। ਕੀ ਵੇਖਿਆ? ਸੇਵਾ ਦੀ ਘਾਲਣਾ ਕੌਣ ਕਰਦਾ, ਕੌਣ ਕਰਦਾ? ਉਹਦੇ 'ਤੇ ਹੀ ਬਖਸ਼ਿਸ਼ ਹੋਈ ਹੈ ਸੱਚੇ ਪਾਤਸ਼ਾਹ। ਗੁਰੂ ਅਮਰਦਾਸ ਪਾਤਸ਼ਾਹ ਪ੍ਰਸੰਨ ਹੋ ਕੇ ਕਹਿੰਦੇ ਨੇ, ਭਾਈ ਬੱਲੂ, ਸੱਚਮੁੱਚ ਗੁਰੂ ਰਾਮਦਾਸ ਧੰਨ ਹਨ। ਦੁਰਲੱਭ ਪਦਾਰਥ ਹੋਏ ਨਾ ਕੋਈ, ਕਹਿੰਦੇ ਨੇ ਇਸ ਦੁਨੀਆਂ ਦੇ ਉੱਤੇ ਐਸਾ ਕੋਈ ਦੁਰਲੱਭ ਪਦਾਰਥ ਨਹੀਂ ਹੈ। ਨੌ ਨਿਦ ਸਿੱਧ ਪਾਏ ਹੈ ਸੋ, ਚਾਹੇ ਨੌ ਨਿਧੀਆਂ ਹੋਣ ਸਿੱਧੀਆਂ ਹੋਣ, ਇਸ ਸੇਵਾ ਦੇ ਕਰਕੇ। ਸਿੱਖ ਮੇਰੇ ਸੇਵੇ ਅਨੁਰਾਗ, ਗੁਰੂ ਰਾਮਦਾਸ ਨੂੰ ਪ੍ਰਾਪਤ ਹੋਣਗੀਆਂ। ਕਿਉਂ? ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੜੀ ਵੱਡੀ ਗੱਲ ਕਹਿੰਦੇ ਨੇ, ਕਹਿੰਦੇ ਨੇ ਮੇਰੇ ਸਿੱਖ ਜਾਣ ਕੇ, ਮੇਰੇ ਪਿਆਰੇ ਜਾਣ ਕੇ ਗੁਰੂ ਰਾਮਦਾਸ ਨੇ ਉਹਨਾਂ ਦੀ ਸੇਵਾ ਕੀਤੀ ਹੈ। ਅਪਰ ਨਾ ਇਸ ਤੇ ਕੋ ਵੱਡ ਭਾ, ਇਸ ਤੋਂ ਵੱਡਾ ਜਿਹੜਾ ਹੈ ਕੋਈ ਸੇਵਾ ਕਰਦਾ ਸਤਿਗੁਰੂ ਦਾ ਸਿੱਖ ਜਾਣ ਕੇ ਕਿਸੇ ਦੀ, ਇਸ ਤੋਂ ਵੱਡਾ ਕੋਈ ਭਾਗ ਨਹੀਂ ਹੋ ਸਕਦਾ। ਜਗ ਮਹਿ ਬੰਸ ਵਿਸਾਲ ਜੋ ਇਸ ਕੋ, ਸੱਚੇ ਪਾਤਸ਼ਾਹ ਖੁਸ਼ੀਆਂ ਦੇ ਘਰ ਦੇ ਵਿੱਚ ਆ ਕੇ ਕਹਿੰਦੇ ਨੇ, ਭਾਈ ਬੱਲੂ, ਗੁਰੂ ਰਾਮਦਾਸ ਦਾ ਜਿਹੜਾ ਬੰਸ ਹੈ ਉਹ ਜਗ ਦੇ ਵਿੱਚ ਬੜਾ ਵਿਸ਼ਾਲ ਹੋਏਗਾ। ਪੂਜ ਮਾਨ ਹੋਵੇ ਚਹੁੰ ਦਿਸ ਕੋ, ਚਹੁੰ ਦਿਸ਼ਾ ਦੇ ਵਿੱਚ ਇਹਦੇ ਬੰਸ ਦੀ, ਇਹਨਾਂ ਦੀ ਜਿਹੜੀ ਹੈ ਉਹ ਬੜੀ ਸੋਭਾ ਹੋਏਗੀ। ਜੋ ਨਰ ਮਮ ਸੰਗਤ ਕੋ ਸੇਵੈ ਹੈ, ਜਿਹੜਾ ਵੀ ਨਰ ਮੇਰੀ ਸੰਗਤ ਦੀ ਮੇਰੇ ਸਮਾਨ ਸਮਝ ਕੇ ਸੇਵਾ ਕਰਦਾ ਹੈ, ਹਲਤ ਪਲਤ ਮਹਿ ਸ਼ੁਭ ਫਲ ਲੇਵਹਿ, ਉਹਨੂੰ ਹਲਤ ਪਲਤ ਪਾਵ ਇਸ ਲੋਕ ਦੇ ਤੇ ਪ੍ਰਲੋਕ ਦੇ ਜਿੰਨੇ ਵੀ ਪਦਾਰਥ ਨੇ ਉਹਨੂੰ ਪ੍ਰਾਪਤ ਹੋਣਗੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਹੁਕਮਨਾਮੇ 'ਚ ਲਿਖਦੇ ਨੇ, ਭਾਈ ਸੇਵਾ ਵਾਲੇ ਨੂੰ ਸੇਵਾ ਦਾ ਫਲ, ਨਿੰਦਿਆ ਵਾਲੇ ਨੂੰ ਨਿੰਦਿਆ ਦਾ ਫਲ, ਸਭ ਦੇ ਆਪੋ ਆਪਣੇ ਕਰਮਾਂ ਦੇ ਅਨੁਸਾਰ ਲੇਖਾ ਜੋਖਾ ਹੋਏਗਾ। ਤੂੰ ਪਹਿਰਾਵਾ ਵੇਖ ਲੈ ਜਾਂ ਕਿਸੇ ਢੰਗ ਦੇ ਨਾਲ ਵੀ ਤੇਰੀ ਨਜ਼ਰ ਜਾਂਦੀ ਹੈ ਸਿੱਖ, ਪਰ ਉਪਕਾਰ ਦੀ ਭਾਵਨਾ ਰੱਖੇ, ਸਭ ਦੀ ਸੇਵਾ ਕਰੇ। ਲੇਖਾ ਜੋਖਾ ਕਰਨ ਵਾਲਾ ਸਤਿਗੁਰੂ ਹੈ,
ਸਿੱਖ ਨੂੰ ਇਹਨਾਂ ਲੇਖਿਆਂ 'ਚ ਨਹੀਂ ਪੈਣਾ ਚਾਹੀਦਾ, ਇਹ ਮਾੜੇ ਕੰਮ ਕਰਦਾ, ਇਹ ਚੰਗਾ ਪੁਰਸ਼ ਨਹੀਂ ਹੈ। ਸਿੱਖ ਦੀ ਦ੍ਰਿਸ਼ਟੀ ਨਹੀਂ ਇਸ ਤਰ੍ਹਾਂ ਦੀ ਹੋਣੀ ਚਾਹੀਦੀ। ਜੇ ਸਾਹਮਣੇ ਆ ਗਿਆ, ਜਾਚਕ ਹੈ, ਜ਼ਰੂਰਤਮੰਦ ਹੈ, ਸਾਧ ਸੰਗਤ 'ਚ ਬੈਠਾ, ਉਹਨੂੰ ਸਤਿਗੁਰੂ ਦਾ ਸਿੱਖ ਜਾਣ ਕੇ ਪੂਰੀ ਭਾਵਨਾ ਅਤੇ ਪ੍ਰਤੀਤ ਦੇ ਨਾਲ ਉਹਦੀ ਸੇਵਾ ਕਰਨੀ ਹੈ, ਉਹਦੇ ਚੰਗੇ ਮੰਦੇ ਕਰਮਾਂ ਦਾ ਲੇਖਾ ਸਤਿਗੁਰੂ ਕਰੇਗਾ, ਤੂੰ ਕਿਉਂ ਆਪਣਾ ਮਨ ਖਰਾਬ ਕਰਦਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜਾ ਸਾਧ ਸੰਗਤ ਨੂੰ ਮੇਰੀ ਸੰਗਤ ਜਾਣ ਕੇ, ਮੇਰੇ ਜਾਣ ਕੇ ਸੇਵਾ ਕਰਦਾ, ਉਹਨੂੰ ਹਲਤ ਪਲਤ ਦੇ ਸਾਰੇ ਪਦਾਰਥ ਮਿਲ ਜਾਂਦੇ ਹਨ। ਮੋਰ ਮਹਾਤਮ ਜੇ ਤੱਕ ਹੈ, ਬੜੀ ਵੱਡੀ ਗੱਲ ਪਾਤਸ਼ਾਹ ਕਹਿ ਰਹੇ ਨੇ। ਕਹਿੰਦੇ ਨੇ ਮੋਰ ਮਹਾਤਮ ਜੇ ਤੱਕ ਹੈ, ਮੇਰਾ ਜਿੰਨਾ ਮਹਾਤਮ ਹੈ, ਰਾਮਦਾਸ ਜਾਣੈ ਫਲ ਲਹੈ, ਇਸ ਸਿੱਖਾਂ ਦੀ ਸੇਵਾ ਦੇ ਨਾਲ ਮੇਰੀ ਨਿੱਜੀ ਸੇਵਾ ਦਾ ਜਿੰਨਾ ਫਲ ਹੋ ਸਕਦਾ ਹੈ, ਮੇਰੇ ਸਿੱਖਾਂ ਦੀ ਸੇਵਾ ਕਰਨ ਦੇ ਨਾਲ ਰਾਮਦਾਸ ਨੂੰ ਉਹ ਫਲ ਪ੍ਰਾਪਤ ਹੋਏਗਾ। ਭਾਵ ਗੁਰੂ ਅਤੇ ਸਿੱਖ ਦੀ ਅਭੇਦਤਾ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਮੇਰੀ ਨਿੱਜੀ ਸੇਵਾ ਕਰਨ ਨਾਲ ਜੋ ਮਹਾਤਮ ਪ੍ਰਾਪਤ ਹੋਣਾ ਸੀ, ਸਿੱਖਾਂ ਨੂੰ ਮੇਰਾ ਰੂਪ ਜਾਣ ਕੇ ਇਹਨੇ ਸੇਵਾ ਕੀਤੀ ਹੈ, ਇਹਨੂੰ ਸਿੱਖਾਂ ਦੀ ਸੇਵਾ ਦੇ ਨਾਲ ਹੀ ਉਹ ਮਹਾਨ ਅਤੇ ਮਹਾਤਮ ਫਲ ਦੀ ਪ੍ਰਾਪਤੀ ਹੋ ਜਾਏਗੀ। ਦੋ ਲੋਕਨ ਮਹਿ ਜੋ ਪਦ ਉੱਚੇ, ਇਸ ਲੋਕ ਦੇ ਵਿੱਚ ਜੋ ਵੀ ਪਦ ਉੱਚਾ ਸ੍ਰੇਸ਼ਟ ਜਿਹਨੂੰ ਵਿਅਕਤੀ ਸਮਝਦਾ, ਕਿਉਂਕਿ ਸਮੇਂ ਅਨੁਸਾਰ ਅਰਜ ਕਰਨੀ ਹੈ। ਵਿਅਕਤੀ ਦੇ ਮਨ ਦੀ ਇੱਕ ਬੜੀ ਆਦਤ ਕਹਿ ਲਈਏ, ਇੱਕ ਬੜਾ ਸੰਸਕਾਰ ਕਹਿ ਲਈਏ, ਇਹ ਸਭ ਤੋਂ ਪਹਿਲਾਂ ਦੋਸ਼ ਦ੍ਰਿਸ਼ਟੀ ਕਰਦਾ। ਭਗਵਾਨ ਕ੍ਰਿਸ਼ਨ ਅਰਜੁਨ ਨੂੰ ਜੋ ਪਹਿਲਾ ਸੰਬੋਧਨ ਕਰਦੇ ਨੇ ਨਾ ਗੀਤਾ ਦੇ ਵਿੱਚ, ਮੈਂ ਤੇਰੇ ਪ੍ਰਤੀ ਕਿਉਂ ਉਪਦੇਸ਼ ਕਰਨ ਲੱਗਾ, ਕਿਉਂਕਿ ਤੇਰੇ ਅੰਦਰ ਦੋਸ਼ ਦ੍ਰਿਸ਼ਟੀ ਨਹੀਂ ਹੈ। ਸੁਭਾਵਿਕ ਵਿਅਕਤੀ ਸਭ ਤੋਂ ਪਹਿਲਾਂ ਜੇ ਦੇਖੇਗਾ ਨਾ, ਦੋਸ਼ ਦੇਖੇਗਾ, ਇਹ 'ਚ ਕਮੀ ਕੀ ਹੈ, ਇਹਦੇ 'ਚ ਬੁਰਿਆਈ ਕੀ ਹੈ। ਜਿਹੜੇ ਗੁਣ ਨੇ ਉਹ ਮਨੁੱਖ ਨੂੰ ਬਾਅਦ 'ਚ ਇਹ ਸੋਚਣ ਵਿਚਾਰਨ ਦੀ ਆਦਤ ਪਈ ਹੈ ਮਨ ਨੂੰ। ਸੰਗਤ 'ਚ ਆ ਕੇ, ਇਹ ਗੁਰਬਾਣੀ ਸੁਣ ਕੇ, ਸਾਧ ਸੰਗਤ ਕਰਕੇ ਜੋ ਚਿੱਤ ਸ਼ੁੱਧੀ, ਚਿੱਤ ਸ਼ੁੱਧੀ ਜਾਂ ਮਨ ਦੀ ਸਫਾਈ ਕਹਿੰਦੇ ਹਨ, ਉਹ ਕੀ ਹੈ ਮਨ ਦੀ ਸਫਾਈ? ਇਹ ਸਿਮਰਨ ਕਰਕੇ ਹੋਣਾ ਕੀ ਹੈ? ਵਿਅਕਤੀ ਦੇ ਸੋਚਣ ਵਿਚਾਰਨ ਦਾ ਨਜ਼ਰੀਆ ਬਦਲ ਜਾਏਗਾ, ਐਟੀਟਿਊਡ ਬਦਲ ਜਾਏਗਾ, ਦ੍ਰਿਸ਼ਟੀਕੋਣ ਬਦਲ ਜਾਏਗਾ। ਪਹਿਲਾਂ ਸੋਚਦਾ ਸੀ ਹਰ ਨੂੰ ਬੁਰਾ ਹੀ ਬੁਰਾ, ਔਰ ਹੁਣ ਕੋਈ ਕਿੱਡਾ ਵੀ ਬੁਰਾ ਸਾਹਮਣੇ ਆ ਜਾਵੇ ਉਹ ਚੰਗਾ ਹੀ ਲੱਗਣ ਲੱਗ ਜਾਂਦਾ। ਗੁਰੂ ਨਾਨਕ ਨੇ ਤਾਂ ਕਿਸੇ ਦੀ ਬੁਰਿਆਈ ਨਹੀਂ ਰੱਖੀ, ਬਲਕਿ ਚੰਗੇ ਦੇ ਨਾਲੋਂ ਮਾੜੇ ਦੇ ਕੋਲ ਪਹੁੰਚ ਕੇ ਗਏ ਨੇ ਉਹਦਾ ਉਧਾਰ ਕਰਨ ਵਾਸਤੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਕੋਈ ਕਿਸ ਤਰ੍ਹਾਂ ਦਾ ਵੀ ਸਿੱਖ ਆਇਆ ਹੈ, ਕਿਸ ਤਰ੍ਹਾਂ ਦੇ ਵੀ ਆਚਰਣ ਵਾਲਾ ਹੈ, ਸਤਿਗੁਰਾਂ ਨੇ ਬਖਸ਼ਿਸ਼ ਦਾ ਦਰਵਾਜ਼ਾ ਬੰਦ ਨਹੀਂ ਕੀਤਾ। ਭਾਵ ਇਹ ਦੋਸ਼ ਦ੍ਰਿਸ਼ਟੀ ਸਾਡੇ ਅੰਦਰ ਜੋ ਹੈ ਨਾ, ਇਹ ਸਿੱਖ ਦੇ ਬੜੇ ਗੁਣਾਂ ਦਾ ਨਾਸ਼ ਕਰ ਦਿੰਦੀ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ਾਂ 'ਚ ਆਉਂਦਾ, ਔਗਣ ਤਾਂ ਆਪਣੇ ਅੰਦਰ ਹੀ ਬਥੇਰੇ ਨੇ, ਉਹ ਵੇਖ ਲਏ ਜਾਣ। ਭਾਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹਨੇ ਕਿਸੇ ਪ੍ਰਕਾਰ ਦੀ ਕਿਸੇ 'ਚ ਕੋਈ ਦੋਸ਼ ਦਰਸ਼ਨ ਨਾ ਕਰਕੇ
ਆਪਣਾ ਗੁਰੂ ਦਾ ਰੂਪ ਜਾਣ ਕੇ ਸਾਰੇ ਸਿੱਖਾਂ ਦੀ ਸੇਵਾ ਕੀਤੀ ਹੈ। ਇਸ ਕਰਕੇ ਸੰਸਾਰ 'ਤੇ ਜੋ ਵੀ ਦੁਰਲੱਭ ਪਦਾਰਥ ਹੈ, ਜੋ ਵੀ ਇਸ ਸੰਸਾਰ 'ਚ ਵੱਡੀ ਚੀਜ਼ ਹੈ, ਉਹ ਇਹਨਾਂ ਨੂੰ ਪ੍ਰਾਪਤ ਹੋ ਜਾਏਗੀ। ਰਾਮਦਾਸ ਤਹਿ ਜਾਹਿ ਪਹੁੰਚੇ, ਉਹ ਹਰ ਜੋ ਯੋਗਤਾ ਹੈ, ਹਰ ਰਿੱਧੀ ਸਿੱਧੀ, ਹਰ ਪਦਾਰਥ ਜਿਹੜਾ ਉਹ ਗੁਰੂ ਰਾਮਦਾਸ ਕੋਲ ਆਪੇ ਚੱਲ ਕੇ ਆ ਜਾਏਗਾ। ਜਗ ਮੈਂ ਪ੍ਰਗਟ ਪ੍ਰਕਾਸ਼ ਕਰਾਂਗੇ, ਜਗ 'ਚ ਇਹਨਾਂ ਦਾ ਬੜਾ ਪ੍ਰਕਾਸ਼ ਹੋਏਗਾ, ਬੜੀ ਉਸਤਤ ਸੋਭਾ ਹੋਏਗੀ। ਇਸ ਪਿੱਛੇ ਸਿੱਖ ਬ੍ਰਿੰਦਤ ਰਹਿਣਗੇ, ਔਰ ਇਹਦੇ ਨਾਲ ਨਾਲ ਇਹਦੇ ਪਿੱਛੇ ਲੱਗ ਕੇ ਇਹਦੀ ਸੰਗਤ ਕਰਕੇ ਬੜੇ ਸਾਰੇ ਸਿੱਖਾਂ ਦਾ ਉਧਾਰ ਹੋਏਗਾ। ਸਾਹਿਬਾਂ ਨੇ ਇਹ ਭਵਿੱਖਤ ਵਾਕ ਕੀਤੇ। ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਤੀ ਆਸ਼ੀਸ਼ ਆਸ਼ੀਰਵਾਦ ਜਾਂ ਉਹਨਾਂ ਦੀ ਵਡਿਆਈ ਇਸ ਢੰਗ ਦੇ ਨਾਲ ਕੀਤੀ। ਹੁਣ ਅੱਗੋਂ ਕਿਸ ਤਰ੍ਹਾਂ ਦਾ ਪ੍ਰਸੰਗ, ਸਿੱਖ ਸੰਗਤਾਂ ਬੜੇ ਆਨੰਦ ਨਾਲ ਨੇ, ਬੜਾ ਰਸ ਬਣਿਆ। ਕੁਛ ਵਿਦਰੋਹੀ ਲੋਕ ਗੋਇੰਦਵਾਲ ਦੇ ਕਿਸ ਤਰ੍ਹਾਂ ਇਹਦਾ ਵਿਰੋਧ ਕਰਕੇ ਅਕਬਰ ਕੋਲ ਜਾਂਦੇ ਨੇ, ਔਰ ਇਹ ਸ਼ਿਕਾਇਤ ਕਰਕੇ ਕਿਸ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਨੂੰ ਭੇਜਦੇ ਨੇ, ਉਹ ਪ੍ਰਸੰਗ ਹੁਣ ਆਪ ਅੱਗੇ ਸਰਵਣ ਕਰੋਗੇ। ਦਾਸ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਸਭ ਬੜੇ ਪ੍ਰੇਮ ਸਤਿਕਾਰ ਨਾਲ ਆਖੀਏ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।